ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਵ ਗੁਣ ਗਾਵਾਂ ਦਰਗਾਰ ਨਾਨਕ ਜਾਓ ਏਹੋ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਤੁਝ ਬਿਨ ਅਵਰ ਤੁਝ
ਬਿਨ ਅਵਰ ਨ ਜਾਣ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਕੁਝ ਬਿਨ ਅਵਰ ਨ ਜਾਣ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਕੁਝ ਬਿਨ ਅਵਰ ਨ ਜਾਣ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਸਭ ਕੁਝ ਤੁਮਾਰੀ ਮੰਦਰ ਜਾਵਾਂ ਤੇਰੇ ਬਿਨ ਅਵਰ ਨ ਜਾਣ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸ਼ਰਮ ਤੁਮਾਰੀ ਸ਼ਰਮ ਚਿੰਤ ਤੁਮ ਪਾਸੇ ਜੋ ਤੁਧ ਪਾਵੈ ਸੋਈ ਗੁਰੂ ਪਿਆਰੇ ਸਤਿ ਸੰਗਤ ਜੀਓ ਆਓ ਸਮਾਈ ਭਾਈ ਖੰਡਾਂ ਬ੍ਰਹਮੰਡਾਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਈਏ, ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਗੁਰਦੁਆਰਾ ਸਾਹਿਬ ਜੀ ਦੇ ਸਮੂਹ ਪ੍ਰਬੰਧਕ ਜਨਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 3 ਦਿਨ ਦੇ ਮਹਾਨ ਗੁਰਮਤਿ ਸਮਾਗਮ ਰੱਖੇ। ਅੱਜ ਆਪਾਂ ਸਾਰੇ ਦੂਸਰੇ ਦਿਨ ਦੇ ਸਮਾਗਮ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਸ਼ਾਮ ਦੇ ਨਿਤਨੇਮ ਤੋਂ ਬਾਅਦ ਹੁਣੇ ਹੁਣੇ ਆਪ ਜੀਆਂ ਨੇ ਭਾਈ ਜਸਵੰਤ ਸਿੰਘ ਜੀ ਪਾਸੋਂ, ਬੀਬੀ ਅਜਾਗਰ ਕੌਰ ਜੀ ਦੇ ਜਥੇ ਪਾਸੋਂ ਰੱਬੀ ਬਾਣੀ ਦੇ ਕਥਾ ਕੀਰਤਨ ਸ਼ਰਵਣ ਕੀਤੇ ਨੇ। ਜੋ ਬਾਕੀ ਸਮਾਂ ਹੈ ਉਸ ਨੂੰ ਵੀ ਸਫਲ ਕਰਨ ਵਾਸਤੇ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਗੁਰ ਸ਼ਬਦ ਨਾਲ ਜੁੜੋ। ਇਹ ਸਮਾਗਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼
ਦਿਹਾੜੇ ਨੂੰ ਸਮਰਪਿਤ ਹਨ। ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੱਕ ਪ੍ਰਕਾਸ਼ ਦਿਹਾੜੇ, ਗੁਰਗੱਦੀ ਦਿਵਸ ਔਰ ਜੋਤੀ ਜੋਤ ਸਮਾਉਣ ਦਿਵਸ, ਸ਼ਹੀਦੀ ਦਿਹਾੜੇ ਸ਼ਰਧਾ ਪਿਆਰ ਨਾਲ ਮਨਾਉਂਦੀਆਂ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਇਹ ਪਵਿੱਤਰ ਦਿਹਾੜੇ ਮਨਾਉਣ ਦੇ ਨਾਲ ਸਾਡਾ ਜੀਵਨ ਸਫਲ ਹੁੰਦਾ ਹੈ। ਸੇਵਾ ਸਿਮਰਨ ਕਰਕੇ, ਸਿਵ ਸਲਾਹ ਕਰਕੇ, ਸਿਵ ਸਲਾਹ ਸੁਣ ਕੇ ਸਾਡੇ ਜਨਮਾਂ ਜਨਮਾਂ ਦੀ ਜਿਹੜੀ ਮੈਲ ਹੈ ਉਤਰ ਜਾਂਦੀ ਹੈ, ਮੈਲਾ ਮਨ ਨਿਰਮਲ ਹੋ ਜਾਂਦਾ ਹੈ। ਸੋ ਸਾਡੇ 'ਤੇ ਬਖਸ਼ਿਸ਼ ਹੁੰਦੀ ਹੈ। ਅਸੀਂ ਗੁਰੂ ਸਾਹਿਬ ਨੂੰ ਕੁਛ ਦੇ ਨਹੀਂ ਰਹੇ, ਇੱਥੋਂ ਬਖਸ਼ਾਂ ਲੈ ਰਹੇ ਹਾਂ। ਇਹ ਸਾਡੇ ਭਲੇ ਵਾਸਤੇ ਹੀ ਹੈ। ਇਸੇ ਤਰ੍ਹਾਂ ਗੁਰੂ ਘਰ ਦੇ ਮਹਾਨ ਸ਼ਹੀਦ ਹਨ, ਮਹਾਨ ਮਹਾਂਪੁਰਸ਼ ਹਨ, ਉਹਨਾਂ ਦੇ ਦਿਹਾੜੇ ਮਨਾਉਣ ਨਾਲ ਵੀ ਸਾਡੇ ਸਵਾਸ ਸਫਲੇ ਹੁੰਦੇ ਆ। ਖੈਰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੰਸਾਰ ਦੇ ਅੰਦਰ ਐਸੇ ਸਤਿਗੁਰੂ ਹਨ ਜੋ ਪੀਰਾਂ ਦੇ ਪੀਰ, ਦਾਤਿਆਂ ਦੇ ਦਾਤੇ ਅਤੇ ਗੁਰੂਆਂ ਦੇ ਗੁਰੂ ਹਨ, ਗੁਰੂਆਂ ਦੇ ਗੁਰੂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਰਾ ਜੀਵਨ ਕਿਸੇ ਦੁਨੀਆ ਦੇ ਰਾਜੇ ਅੱਗੇ ਸਿਰ ਨਹੀਂ ਚੁਕਾਇਆ। ਜੇ ਸੀਸ ਚੁਕਾਇਆ ਹੈ ਤਾਂ ਹਜ਼ੂਰ ਸਾਹਿਬ ਦੀ ਪਾਵਨ ਧਰਤੀ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ, ਗੁਰੂ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਟਿਕਾਈ। ਜੋ ਪ੍ਰਕਾਸ਼ ਦਿਹਾੜਾ ਹੈ, ਪਹਿਲਾ ਪ੍ਰਕਾਸ਼ ਸ਼੍ਰੀ ਹਰਿਮੰਦਰ ਸਾਹਿਬ ਹੋਇਆ ਸਤਸੰਗ ਜੀ, ਪਹਿਲਾ ਪ੍ਰਕਾਸ਼। ਔਰ ਗੁਰੂ ਨਾਨਕ ਸਾਹਿਬ ਜੀ ਦੇ ਪੰਜਵੇਂ ਸਰੂਪ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਹੋਰ ਬੇਅੰਤ ਪਰਉਪਕਾਰ ਕੀਤੇ, ਉੱਥੇ ਵੀ ਸੰਸਾਰ ਦੇ ਭਲੇ ਵਾਸਤੇ ਵੱਡਾ ਪਰਉਪਕਾਰ ਕੀਤਾ ਹੈ ਸਤਸੰਗ। ਇਹ ਸਤਿਗੁਰ ਦੀ ਬਾਣੀ, ਜਿਵੇਂ ਦਾਸ ਨੇ ਰਾਤ ਬੇਨਤੀ ਕੀਤੀ ਕਿ ਵਾਹਿਗੁਰੂ, ਗੁਰੂ ਅਤੇ ਬਾਣੀ ਤਿੰਨੇ ਇੱਕ ਰੂਪ ਹਨ। ਸਾਡੇ ਅੰਦਰ ਭਰੋਸੇ ਦੀ ਲੋੜ ਹੈ। ਪ੍ਰੀਤ ਹੋਵੇ, ਪ੍ਰਤੀਤ ਹੋਵੇ, ਪ੍ਰੀਤ ਵੀ ਸੱਚੀ ਅਤੇ ਪ੍ਰਤੀਤ ਵੀ ਪੂਰੀ। ਪ੍ਰਤੀਤ ਕਹਿੰਦੇ ਆ ਭਰੋਸੇ ਨੂੰ, ਫੇਥ ਨੂੰ, ਅਕੀਦੇ ਨੂੰ। ਸੋ ਆਹ ਭਰੋਸਾ ਸਾਡੇ ਅੰਦਰ ਸਤਸੰਗ ਜੀ ਚਾਹੀਦਾ। ਜਿਨ੍ਹਾਂ ਦੇ ਅੰਦਰ ਵੀ ਐਸਾ ਭਰੋਸਾ ਹੈ, ਉਹ ਇਸ ਭਵਜਲ ਤੋਂ ਸਹਿਜ ਨਾਲ ਹੀ ਪਾਰ ਹੋ ਜਾਂਦੇ ਨੇ ਸਤਸੰਗ ਜੀ। ਜਿਹੜੇ ਵੀ ਮੰਨਦੇ, ਜਿਨ੍ਹਾਂ ਅੰਦਰ ਭਰੋਸਾ, ਦਾਸ ਪਹਿਲੇ ਹਿੱਸੇ ਵਿੱਚ ਬੋਲਦਾ, ਦੂਸਰੇ ਹਿੱਸੇ 'ਚ ਸਾਰੇ ਭਾਈ, ਤੀਸਰੇ ਹਿੱਸੇ 'ਚ ਬੀਬੀਆਂ ਨੇ ਮਿਲ ਕੇ ਬੋਲਣ ਦੀ ਖੇਚਲ ਕਰਨੀ ਹੈ। ਕੋਈ ਰਸਨਾ ਖਾਲੀ ਰਹੇ,
ਬਾਣੀ ਗੁਰੂ ਤੇ ਗੁਰੂ ਹੈ ਬਾਣੀ ਮੰਨਣ ਵਾਲੇ ਪਾਰ ਹੋਣਗੇ ਬਾਣੀ ਗੁਰੂ ਤੇ ਗੁਰੂ ਹੈ ਬਾਣੀ ਮੰਨਣ ਵਾਲੇ ਪਾਰ ਹੋਣਗੇ ਬਾਣੀ ਗੁਰੂ ਤੇ ਗੁਰੂ ਹੈ ਬਾਣੀ ਪਾਰ ਹੋਣਗੇ ਬਾਣੀ ਗੁਰੂ ਤੇ ਗੁਰੂ ਹੈ ਬਾਣੀ ਮੰਨਣ ਵਾਲੇ ਪਾਰ ਹੋਣਗੇ ਗੁਰੂ ਤੇ ਗੁਰੂ ਹੈ ਬਾਣੀ ਮੰਨਣ ਵਾਲੇ ਪਾਰ ਹੋਣਗੇ ਬਾਣੀ ਗੁਰੂ ਤੇ ਸਾਡੇ ਅੰਦਰ ਚਾਹੀਦਾ। ਸੋ ਵਾਹਿਗੁਰੂ ਗੁਰੂ ਅਤੇ ਬਾਣੀ ਤਿੰਨੇ ਇੱਕ ਰੂਪ ਹਨ।
ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜਿਸ ਵੇਲੇ ਆਪ ਜੀ ਦਾ ਪ੍ਰਕਾਸ਼ ਧੰਨ ਧੰਨ ਮਾਤਾ ਭਾਨੀ ਜੀ ਦੇ ਗ੍ਰਹਿ ਵਿਖੇ ਹੋਇਆ ਗੋਂਦਵਾਲ ਸਾਹਿਬ। ਛੋਟੀ ਅਵਸਥਾ ਹੈ ਅਤੇ ਆਪ ਜੀ ਦੇ ਨਾਨਾ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਆਪਣੀ ਗੋਦ 'ਚ ਲੈ ਕੇ ਇਹ ਬਚਨ ਕਰਦੇ ਨੇ। ਦੋਹੇ ਥਾ ਬਾਣੀ ਕਾ ਬੋਇਥਾ, ਬੋਇਥਾ ਕਹਿੰਦੇ ਜਹਾਜ਼ ਨੂੰ। ਉਸ ਵੇਲੇ ਮੇਰੇ ਸਤਿਗੁਰੂ ਨੇ ਇਹ ਬਚਨ ਕਰ ਦਿੱਤੇ ਸਨ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋ ਆਪ ਜੀ ਦੇ ਕੋਲ ਗੁਰਬਾਣੀ ਦੀਆਂ ਪੋਥੀਆਂ ਸਨ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੁੰਦਿਆਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਉਹ ਸੰਭਾਲੀਆਂ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਦੀ ਬਾਣੀ, ਹੋਰ ਗੁਰੂ ਨਾਨਕ ਸਾਹਿਬ ਜੀ ਨੇ ਜੋ ਬਖਸ਼ਿਸ਼ ਕੀਤੀ ਭਗਤਾਂ ਦੀ ਬਾਣੀ, ਉਹ ਸਾਰੀ ਬਾਣੀ ਅਤੇ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਬਾਣੀ, ਇਹ ਪੋਥੀਆਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸੰਭਾਲੀਆਂ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿੰਨੀ ਬਾਣੀ ਉਚਾਰਨ ਕੀਤੀ। 60 ਸਾਲ ਦੀ ਉਮਰ 'ਚ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆਏ, 72 ਸਾਲ ਦੀ ਉਮਰ 'ਚ ਗੁਰਿਆਈ ਮਿਲੀ। ਉਸ ਤੋਂ ਬਾਅਦ ਉਹ ਦਰਗਾਹੀ ਬਾਣੀ ਆਪ ਜੀ ਦੇ ਰਾਹੀਂ ਪ੍ਰਗਟ ਹੋਈ। ਉਹ ਸਾਰੀਆਂ ਪੋਥੀਆਂ ਆਪਣੇ ਸਪੁੱਤਰ ਬਾਬਾ ਮੋਹਨ ਜੀ ਨੂੰ ਸੰਭਾਲੀਆਂ ਅਤੇ ਕਿਹਾ ਅਸੀਂ 5ਵੇਂ ਸਰੂਪ ਵਿੱਚ ਤੁਹਾਡੇ ਕੋਲ ਲੈ ਕੇ ਜਾਵਾਂਗੇ। ਸਮਾਂ ਆਇਆ ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੱਡੇ ਭਰਾਤਾ ਭਾਈ ਪ੍ਰਿਥਵੀਆ ਜੀ ਸਨ, ਭਾਈ ਮਹਾਦੇਵ ਜੀ ਸਨ। ਭਾਈ ਪ੍ਰਿਥਵੀਆ ਜੀ ਨੂੰ ਗੁਰਿਆਈ ਨਹੀਂ ਮਿਲੀ। ਬੜੇ ਉਸਨੇ ਯਤਨ ਕੀਤੇ ਸਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਹੁੰਦਿਆਂ ਵੀ ਔਰ ਉਹਨਾਂ ਤੋਂ ਬਾਅਦ ਵੀ। ਸਰਕਾਰੇ ਦਰਬਾਰੇ ਸਭ ਪਹੁੰਚ ਕੀਤੀ, ਬਹੁਤ ਸਾਰਿਆਂ ਨੂੰ ਆਪਣੇ ਨਾਲ ਜੋੜਿਆ। ਇੱਥੋਂ ਤੱਕ ਕਿ ਜੋ ਗੁਰੂ ਘਰ ਅਸਥਾਨ ਆਉਂਦੀਆਂ ਸੀ, ਜਿੱਥੇ ਪਿਪਲੀ ਸਾਹਿਬ ਹੈ, ਹੋਰ ਜਗ੍ਹਾ, ਸਾਰੀਆਂ ਰਸਤਿਆਂ 'ਤੇ ਆਪਣੇ ਬੰਦੇ ਲਾ ਦਿੱਤੇ ਕਿ ਭਾਈ ਅਸੀਂ, ਸਾਨੂੰ ਇੱਥੇ ਤੁਸੀਂ ਦਸਵੰਧ ਦੇ ਦਿਓ, ਅਸੀਂ ਗੁਰੂ ਘਰ ਪਹੁੰਚਾ ਦਿਆਂਗੇ। ਸਾਰੀਆਂ ਰਸਤਾਂ, ਸਾਰੀ ਮਾਇਆ ਭਾਈ ਪ੍ਰਿਥਵੀਆ ਸੰਭਾਲਦਾ, ਅਲੱਗ ਰੱਖਦਾ ਕਿ ਆਪੇ ਨਾ ਇੱਥੇ ਪੈਸਾ ਆਏਗਾ, ਨਾ ਰਸਤਾ, ਲੰਗਰ ਮਸਤਾਨਾ ਹੋ ਜਾਏਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਜਿਸ ਵੇਲੇ ਪ੍ਰਚਾਰ ਫੇਰੀ ਤੋਂ ਆਏ, ਲੰਗਰ ਪ੍ਰਸ਼ਾਦਾ ਦੇਖਿਆ, ਉਸ ਵੇਲੇ ਪੰਚਮ ਪਾਤਸ਼ਾਹ ਜੀ ਦੇ ਮਾਤਾ ਭਾਨੀ ਜੀ ਨੂੰ ਬੇਨਤੀ ਕੀਤੀ, ਭੈਣ ਜੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਲੰਗਰ ਵਿੱਚ ਤਾਂ ਬੇਅੰਤ ਵਸਤਾਂ, ਆ ਹੁਣ ਕਿਵੇਂ ਚੱਲ ਰਿਹਾ? ਉਹਨਾਂ ਨੇ ਦੱਸਿਆ ਕਿ ਸਾਰੇ ਕੰਮ ਭਾਈ ਪ੍ਰਿਥਵੀ ਦੇ ਨੇ। ਇੱਥੇ ਹੀ ਬਸ ਨਹੀਂ, ਪੰਚਮ ਪਾਤਸ਼ਾਹ ਅਤੇ ਸੁਲਭੀ ਖਾਨ ਵੀ ਚੜ੍ਹਾ ਕੇ ਲਿਆਇਆ, ਕਿਸੇ ਤਰ੍ਹਾਂ ਪੰਚਮ ਪਾਤਸ਼ਾਹ ਜੀ ਦਾ ਸਰੀਰ ਜਿਹੜਾ ਹੈ ਉਹ ਖਤਮ ਹੋ ਜਾਵੇ ਔਰ ਮੈਨੂੰ ਗੁਰਿਆਈ ਮਿਲ ਜਾਵੇ।
ਪਰ ਸਤਿਗੁਰ ਦੀ ਬਾਣੀ ਦਾ ਕਥਨ ਹੈ, ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇ। ਇੱਥੇ ਜ਼ੋਰ ਨਹੀਂ ਚੱਲਦਾ, ਇੱਥੇ ਚਲਾਕੀ ਨਹੀਂ ਚੱਲਦੀ। ਕਈਆਂ ਦਾ ਖਿਆਲ ਹੈ ਕਿ ਭਾਈ ਪ੍ਰਿਥੀਆ ਵੀ ਸੇਵਾ ਕਰਦਾ ਸੀ, ਉਹ ਸੰਭਾਲ ਕਰਦਾ ਸੀ, ਉਹ ਕਿਉਂ ਖਾਲੀ ਰਹਿ ਗਿਆ। ਉਹਦਾ ਕਾਰਨ ਸੀ, ਉਹਦੇ ਅੰਦਰ ਲੋਭ ਅਤੇ ਲਾਲਚ ਅਤੇ ਈਰਖਾ ਸੀ। ਪੰਚਮ ਪਾਤਸ਼ਾਹ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਨੇੜੇ ਨਹੀਂ ਸੀ ਜਾਣ ਦਿੰਦਾ, ਹਰ ਯਤਨ ਕਰਦਾ ਸੀ ਇਹਨਾਂ ਨੂੰ ਮੈਂ ਦੂਰ ਰੱਖਾਂ। ਸੋ ਇਸ ਘਰ ਵਿੱਚ ਬਖਸ਼ਿਸ਼ ਕਿਸ ਨੂੰ ਹੁੰਦੀ ਹੈ? ਇੱਥੇ ਚਲਾਕੀ ਨਹੀਂ ਚੱਲਦੀ, ਜ਼ੋਰ ਨਹੀਂ ਚੱਲਦਾ। ਚਿਤਰਾਈ ਨਾ ਚਦਰ ਭੁਜ ਪਾਈ ਹੈ, ਚਲਾਕੀਆਂ ਨਾਲ ਪ੍ਰਾਪਤੀ ਨਹੀਂ ਹੁੰਦੀ ਸਤਸੰਗ ਦੀ। ਕਿਵੇਂ ਬਖਸ਼ਿਸ਼ ਹੁੰਦੀ ਹੈ? ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਬਚਨ ਹੁੰਦਾ, ਭੋਲੇ ਪਾਓ ਮਿਲੈ ਰਗੜਾਇਆ, ਭੋਲੇ ਪਾਓ। ਜਦ ਅਸੀਂ ਪ੍ਰਾਤਨ ਯੁੱਗਾਂ ਯੁੱਗਾਂ ਦੇ ਇਤਿਹਾਸ ਪੜ੍ਹਦੇ ਹਾਂ, ਗੁਰੂ ਘਰ ਦੇ ਵੀ ਇਤਿਹਾਸ ਪੜ੍ਹਦੇ ਹਾਂ, ਭਾਈ ਪ੍ਰਿਥਵੀ ਵਰਗੇ ਔਰ ਰਾਮ ਰਾਜ ਜੀ ਵਰਗੇ ਜਿਨ੍ਹਾਂ ਨੇ ਲੱਖ ਯਤਨ ਕੀਤੇ, ਹੋਰ ਵੀ ਕਈਆਂ ਨੇ ਬੜੀ ਈਰਖਾ ਕੀਤੀ, ਧੀਰ ਮਲੀਏ, ਪਰ ਸਭ ਖਾਲੀ ਰਹਿ ਗਏ। ਕਿਉਂਕਿ ਜਿਹੜੀ ਬਖਸ਼ਿਸ਼ ਹੁੰਦੀ ਹੈ ਉਹ ਮਾਲਕ ਦੇ ਹੱਥ ਹੈ, ਇੱਥੇ ਚਲਾਕੀਆਂ ਕੰਮ ਨਹੀਂ ਕਰਦੀਆਂ। ਸਹਿਜ ਸਿਆਣਪਣ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਨਾਲ, ਨਾ ਤੋਂ ਮੈਂ ਵਸ ਕਿਤੇ ਸਿਆਣਪ। ਆ ਦੁਨਿਆਵੀ ਸਿਆਣਪ ਨਾਲ ਨਹੀਂ ਵਸ ਆਉਂਦਾ, ਉਹ ਤੇ ਪਿਆਰ ਦਾ ਬਣਿਆ ਹੋਇਆ ਹੈ। ਚਤਰ ਰਹਿ ਗਏ ਚਤਰਾਈਆਂ ਕਰਦੇ, ਭੋਲਿਆਂ ਨੂੰ ਰੱਬ ਮਿਲਿਆ। ਰਹਿ ਗਏ ਚਤਰਾਈਆਂ ਕਰਦੇ, ਭੋਲਿਆਂ ਨੂੰ ਰੱਬ ਮਿਲਿਆ। ਚਤਰਾਈਆਂ ਕਰ ਦੇ ਜੀ, ਭੋਲਿਆਂ ਨੂੰ
ਬਸ ਵੇਦ ਪੜਾਵਣੇ ਜੇ ਬਾਹਰਲਾ ਗਿਆਨ ਕਿਸੇ ਕੋਲ ਇਕੱਠਾ ਹੋ ਜਾਵੇ ਕਿ ਰੱਬ ਮਿਲ ਜਾਏਗਾ ਪ੍ਰਾਪਤੀ ਹੋਵੇਗੀ ਬਿਲਕੁਲ ਨਹੀਂ ਨਾ ਤੋਂ ਆਵੇਂ ਬਸ ਵੇਦ ਪੜਾਵਣੇ ਵੇਦ ਸ਼ਾਸਤਰ ਪੜ੍ਹ ਕੇ ਜਿਵੇਂ ਰਾਧਾਸ ਨੇ ਬੇਨਤੀ ਕੀਤੀ ਸੀ ਕਿ ਗੁਰੂ ਮਹਾਰਾਜ ਨੇ ਵੇਦ ਕਿਤਾਬਾਂ ਦਾ ਖੰਡਨ ਨਹੀਂ ਕੀਤਾ ਜੋ ਕਹਿੰਦੇ ਆ ਉਹ ਗੱਲ ਸਮਝੋ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੇ ਜਿਉਂ ਬੇਤਾਲਿਆ ਇਸ ਕਰਕੇ ਖਾਲੀ ਪੜ੍ਹਨ ਨਾਲ ਬਾਹਰਲਾ ਗਿਆਨ ਇਕੱਠਾ ਕਰਨ ਨਾਲ ਪ੍ਰਾਪਤੀ ਨਹੀਂ ਹੁੰਦੀ ਨਾ ਤੋਂ ਆਵੇਂ ਬਸ ਵੇਦ ਪੜ੍ਹਾਵਣੇ ਨਾ ਤੋਂ ਆਵੇਂ ਬਸ ਬਹੁਤ ਕੜਾਵਣੇ ਨਾ ਤੋਂ ਆਵੇਂ ਬਸ ਤੀਰਥ ਨਹਾਈਏ ਨਾ ਤੋਂ ਆਵੇਂ ਬਸ ਧਰਤੀ ਤਾਈਏ ਐਵੇਂ ਫੋਕੇ ਤਰਲੇ ਕੱਢੀ ਜਾਵੇ ਦਿਖਾਵਾ ਬਾਹਰੋਂ ਅੰਦਰੋਂ ਪਿਆਰ ਨਹੀਂ ਆਮ ਅਸੀਂ ਕਈ ਵਾਰ ਦੇਖਦੇ ਹਾਂ ਇੱਕ ਤਾਂ ਵੈਰਾਗੀ ਹੁੰਦੇ ਹੈ ਸੱਚੇ ਹੁੰਦੇ ਹੈ ਉਹਨਾਂ ਦੇ ਅੰਦਰੋਂ ਨੇਤਰਾਂ 'ਚੋਂ ਜੇ ਪਿਆਰ ਦਾ ਜਲ ਆਉਂਦਾ ਹੈ ਸੱਚ ਹੁੰਦਾ ਹੈ ਇੱਕ ਉਹ ਹੁੰਦੇ ਹੈ ਅੰਦਰੋਂ ਹੋਰ ਬਾਹਰੋਂ ਹੋਰ ਜਿਹੜੇ ਸੱਚੇ ਆ ਉਹਨਾਂ ਬਾਰੇ ਬਚਨ ਹੁੰਦਾ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਦੂਸਰੇ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆ ਉਹ ਕੱਚੇ ਦਿਖਾਵਾ ਕਰਦੇ ਆ ਸੱਚਿਆਂ ਦੇ ਅੰਦਰੋਂ ਸਹਿ ਸੁਭਾਅ ਜੇ ਭਾਈ ਹੰਝੂ ਆਉਂਦਾ ਵਿਰਾਗ ਦਾ ਕੋਈ ਗੱਲ ਨਹੀਂ ਬਸ ਦਿਖਾਵਾ ਨਹੀਂ ਦੂਸਰੇ ਪਾਸੇ ਦਿਖਾਵਾ ਹੁੰਦਾ ਹੈ ਇੱਕ ਆਮ ਇਹ ਸ਼ਬਦ ਵਰਤਿਆ ਜਾਂਦਾ ਵੀ ਮਗਰਮੱਛ ਦੇ ਹੰਝੂ ਵੀ ਇਹਦੇ ਤਾਂ ਮਗਰਮੱਛ ਦੇ ਹੰਝੂ ਹੈ ਇਹਦਾ ਮਤਲਬ ਕੀ ਹੈ ਮਗਰਮੱਛ ਦੇ ਹੰਝੂ ਦਾ ਮਤਲਬ ਕੀ ਹੈ ਉਹ ਇਹ ਹੈ ਕਿ ਜਿਸ ਵੇਲੇ ਮਗਰਮੱਛ ਨੇ ਸ਼ਿਕਾਰ ਕਰਨਾ ਹੁੰਦਾ ਨਾ ਦੇਖੋ ਉਸ ਵੇਲੇ ਦੇ ਅੱਖਾਂ 'ਚ ਹੰਝੂ ਹੁੰਦੇ ਕਰਨਾ ਹੁੰਦਾ ਸ਼ਿਕਾਰ ਅਤੇ ਉਸ ਵੇਲੇ ਹੰਝੂ ਆਉਂਦੇ ਹੈ ਦਿਖਾਵਾ ਹੋਰ ਕਰਨਾ ਹੋਰ ਜਿਵੇਂ ਬਗਲਾ ਹੈ ਕਹਾਂ ਪਿਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ ਵਕਤ ਧਿਆਨ ਲਗਾਇਓ ਇੱਕ ਪੈਰ ਧਰਤੀ 'ਤੇ ਇੱਕ ਉੱਪਰ ਹੁੰਦਾ ਹੈ ਅੱਖਾਂ ਵੀ ਮੀਟ ਲੈਂਦਾ ਪਰ ਉਹ ਸਭ ਕੁਛ ਦਿਖਾਵਾ ਹੁੰਦਾ ਹੈ ਇਸ ਕਰਕੇ ਫੋਕੇ ਬਾਹਰਲੇ ਤਰਲੇ ਬਾਹਰਲਾ ਵਿਖਾਵਾ ਗੁਰਸਿੱਖਾਂ ਦੇ ਅੰਦਰ ਨਹੀਂ ਹੁੰਦਾ ਅੰਦਰ ਪ੍ਰੀਤ ਨਹੀਂ ਤੀਰਥਾਂ ਦੇ ਇਸ਼ਨਾਨ ਕਰਦਾ ਖਾਲੀ ਰਹਿ ਜਾਏਗਾ ਨਾ ਤੋਂ ਆਵੇ ਬਸ ਤੀਰਥ ਨਾਈ ਹੈ ਨਾ ਤੋਂ ਆਵੇ ਬਸ ਧਰਤੀ ਤਾਈ ਹੈ ਸਾਰੀ ਧਰਤੀ 'ਤੇ ਚੱਕਰ ਲਾ ਲਵੇ ਅਖਬਾਰਾਂ 'ਚ ਮੀਡੀਆ 'ਚ ਬੜਾ ਨਾਂ ਆ ਜਾਏਗਾ ਆਹ ਦੇਖੋ ਜੀ ਇਹਨੇ ਬੜਾ ਸਫ਼ਰ ਕੀਤਾ ਹੈ ਪਰ ਪ੍ਰਾਪਤੀ ਨਹੀਂ ਨਾ ਤੋਂ ਆਵੇ ਬਸ ਕਿਤੇ ਸਿਆਣਪੈ ਨਾ ਤੋਂ ਆਵੇ ਬਸ ਬਹੁਤਾ ਦਾਨ ਦੇ ਦੁਨਿਆਵੀ ਸਿਆਣਪ ਨਾਲ ਵੀ ਰੱਬ ਵਸ ਨਹੀਂ ਆਉਂਦਾ ਜੇ ਕੋਈ ਦਾਨ ਦੇ ਕੇ ਕਹੇ ਕਿ ਮੈਂ ਰੱਬ ਨੂੰ ਵਸ ਕਰ ਲਵਾਂ ਬਿਲਕੁਲ ਨਹੀਂ ਫਿਰ ਤਾਂ ਅਮੀਰ ਲੋਕ ਰਾਜੇ ਲੋਕ ਵਸ ਕਰ ਲੈਣ ਗਰੀਬ ਰਹਿ ਜਾਣ ਇੱਥੇ ਇੱਕ ਮੈਂ ਬੇਨਤੀ ਕਰਾਂ ਬਹੁਤ ਸਾਰੇ ਪ੍ਰੇਮੀ ਗੁਰੂ ਘਰ ਨੂੰ
ਆਪਣੀ ਕਿਰਤ ਕਮਾਈ ਵਿੱਚੋਂ ਮਾਇਆ ਦਿੰਦੇ ਆ, ਦਸਵੰਧ ਦਿੰਦੇ ਆ ਜਾਂ ਹੋਰ ਪਦਾਰਥ ਭੇਟਾ ਕਰਦੇ ਆ। ਤਾਂ ਇਹ ਕਿਹਾ ਜਾਂਦਾ ਵੀ ਇਹਨੇ ਗੁਰੂ ਘਰ ਨੂੰ ਦਾਨ ਦਿੱਤਾ ਹੈ, ਐਸਾ ਨਹੀਂ ਕਹਿਣਾ। ਅਸੀਂ ਗੁਰੂ ਨੂੰ ਦਾਨ ਨਹੀਂ ਕਰ ਸਕਦੇ, ਜੇ ਦਾਨ ਕਰਨੇ ਆ ਆਪ ਦਾਤੇ ਬਣ ਗਏ ਭਾਈ। ਦਾਤਾ ਤਾਂ ਸਤਿਗੁਰੂ ਹੈ, ਸਤਿਗੁਰ ਜੇ ਵਡਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ। ਗੁਰਸਿੱਖ ਸਾਧ ਸਿੰਘ ਜੀ ਚਾਹੇ 5 ਪੈਸੇ ਰੱਖੇ, ਚਾਹੇ 5 ਲੱਖ ਸੇਵਾ ਕਰੇ, ਚਾਹੇ 5 ਕਰੋੜ ਕਰੇ, ਉਹ ਵਾਹਿਗੁਰੂ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਦਿੰਦਾ, ਉਹ ਗੁਰੂ ਨੂੰ ਭੇਟ ਕਰਦਾ ਹੈ ਸਾਧ ਸਿੰਘ। ਦਾਨ ਹੈ ਕਿਤੇ ਹੋਰ ਜਗ੍ਹਾ ਕਰਦਾ, ਉੱਥੇ ਭਾਵੇਂ ਦਾਨ ਮੰਨ ਲਓ। ਸੋ ਰੱਬ ਨੂੰ ਵਸ ਕਰੇ ਵੀ ਮੈਂ ਦਾਨ ਕਰਕੇ ਕਰ ਲਾਂ, ਕਹਿੰਦੇ ਖਾਲੀ ਰਹਿ ਜਾਏਗਾ। ਸਭ ਕੋ ਤੇਰਾ ਬਸ ਅਗਮ ਗੋਚਰਾ, ਤੂੰ ਭਗਤਾਂ ਕਹਿ ਵਸ ਭਗਤਾਂ ਤਾਂ ਤੇਰਾ। ਭਗਤ ਨਾਮਦੇਵ ਜੀ ਆਪਣੀ ਬਾਣੀ ਵਿੱਚ ਕਹਿੰਦੇ ਨੇ, ਬੇਦੀ ਪ੍ਰੀਤ ਮਨਜੂਰੀ ਮੰਗੈ, ਜੇ ਕੋ ਸ਼ਾਨ ਸੁਆਵੈ ਹੋ, ਲੋਕ ਟੰਬ ਸਭੋਂ ਤੇ ਤੋਰੈ ਤੋ ਆਪਣ ਬੇਦੀ ਆਵੈ। ਉਹ ਤਾਂ ਪਿਆਰ ਦਾ ਵਜ੍ਹਾ ਹੈ ਸਾਧ ਸਿੰਘ ਜੀ, ਉੱਥੇ ਚਲਾਕੀ ਨਹੀਂ ਚੱਲਦੀ, ਉੱਥੇ ਜ਼ੋਰ ਨਹੀਂ ਚੱਲਦਾ। ਹੁਣ ਜਿਹੜਾ ਭਾਈ ਪ੍ਰਿਥੀ ਵਿਆਹ ਸੀ, ਚਲਾਕੀ ਜ਼ੋਰ ਚਲਾ ਰਿਹਾ, ਫੌਜਾਂ ਵਿੱਚ ਚੜਾ ਚੜਾ ਕੇ ਲਿਆ ਰਿਹਾ, ਪਰ ਖਾਲੀ ਰਹਿ ਰਿਹਾ। ਇਹਦਾ ਪੁੱਤਰ ਸੀ ਮਿਹਰਵਾਨ। ਹੁਣ ਭਾਈ ਪ੍ਰਿਥੀ ਵਿਆਹ ਤਾਂ ਗੁਰੂ ਸਾਹਿਬ ਤੇ ਵਾਰ ਕਰ ਰਿਹਾ, ਅਤੇ ਮਿਹਰਬਾਨ ਨਾਲ ਗੁਰੂ ਸਾਹਿਬ ਪਿਆਰ ਕਰਦੇ ਪੰਜੂ ਪਾਤਸ਼ਾਹ ਵੀ ਸਾਡੇ ਵੱਡੇ ਭਰਾ ਦਾ ਸਪੁੱਤਰ ਹੈ, ਬੜਾ ਉਹਨੂੰ ਵਿਦਵਾਨ ਬਣਾਇਆ, ਬੜਾ ਧਿਆਨ ਰੱਖਦੇ ਹੈ। ਹੁਣ ਇਹਨਾਂ ਦੇ ਅੰਦਰ ਇੱਕ ਆਸ ਬੱਝੀ ਕਿ ਪੰਚਮ ਪਾਤਸ਼ਾਹ ਜੀ ਦੇ ਘਰ ਕੋਈ ਸਾਹਿਬਜ਼ਾਦਾ ਨਹੀਂ, ਅਤੇ ਸਮਾਂ ਆਉਣ 'ਤੇ ਚਲੋ ਭਾਈ ਪ੍ਰਿਥਵੀ ਨੂੰ ਕਿ ਮੈਨੂੰ ਨਹੀਂ ਗਰਿਆਈ ਮਿਲੀ, ਮਿਹਰਬਾਨ ਨੂੰ ਮਿਲ ਜਾਏਗੀ। ਜਿਸ ਵੇਲੇ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਧੰਨ ਧੰਨ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ, ਸਾਰੇ ਖੁਸ਼ੀਆਂ ਅਤੇ ਪ੍ਰਿਥਵੀ ਦੇ ਘਰ ਉਦਾਸੀ, ਜਿਵੇਂ ਕੋਈ ਚੜ੍ਹਾਈ ਕਰ ਗਿਆ ਹੁੰਦਾ। ਸੰਗਤਾਂ ਵਧਾਈਆਂ ਦੇ ਰਹੀਆਂ, ਸਭ ਖੁਸ਼ੀਆਂ, ਪਰ ਪ੍ਰਿਥਵੀ ਦੇ ਘਰ ਨੇ ਇਹਨੇ ਮਿਹਰਬਾਨ ਨੂੰ ਬੁਲਾ ਲਿਆ ਵਾਪਸ। ਔਰ ਮਿਹਰਬਾਨ ਵਿਦਵਾਨ ਸੀ, ਇਹ ਕੀ ਕਰਦਾ, ਇਹ ਆਪਣੀ ਕੱਚੀ ਬਾਣੀ ਲਿਖਦਾ ਅਤੇ ਜਿੱਥੇ ਸੰਪੂਰਤਾ ਹੈ ਉੱਥੇ ਨਾਨਕ ਨਾਮ ਲਿਖਦਾ, ਅਖੀਰ 'ਤੇ ਗੁਰੂ ਨਾਨਕ ਸਾਹਿਬ ਦਾ ਨਾਮ ਵਰਤਦਾ। ਆਮ ਤੁਸੀਂ ਦੇਖੋ ਬਾਜ਼ਾਰਾਂ ਦੇ ਵਿੱਚ ਜਦੋਂ ਡੁਪਲੀਕੇਟ ਚੀਜ਼ਾਂ ਬਹੁਤ ਚੱਲ ਪੈਂਦੀਆਂ ਨੇ ਨਾ, ਜਾਂ ਕੁਛ ਕੰਪਨੀ ਦੀ ਮਸ਼ਹੂਰੀ ਹੁੰਦੀ ਹੈ, ਉਸ ਕੰਪਨੀ ਦੇ ਮੋਹਰ ਨਾਲ ਉੱਤੇ ਮੋਹਰ ਲਾ ਲੈਂਦੇ ਹੈ ਵਿੱਚੋਂ ਡੁਪਲੀਕੇਟ, ਵੀ ਸਾਡਾ ਵੀ ਨਾ ਚੱਲੇ। ਹਾਲ ਐਸਾ ਮਿਹਰਬਾਨ ਦਾ। ਤਾਂ ਪੰਚਮ ਪਾਤਸ਼ਾਹ ਜੀ ਨੇ ਦੇਖਿਆ ਇੱਕ ਜਗ੍ਹਾ ਗਏ, ਕੋਈ ਗੁਰੂ ਘਰ ਦੇ ਗੁਰਮੁਖ ਪੈਰੇ ਚੜ੍ਹਾਈ ਕਰ ਗਏ ਸੀ, ਅਤੇ ਉੱਥੇ ਜਿਹੜੇ ਗੁਰਸਿੱਖ ਕੀਰਤਨ ਕਰ ਰਹੇ ਸੀ ਨਾ, ਉਹ ਮਿਹਰਬਾਨ ਦੀ ਬਾਣੀ ਪੜ੍ਹ ਰਹੇ ਸੀ, ਕੱਚੀ ਬਾਣੀ। ਹੁਣ ਸਾਹਿਬ ਕਹਿੰਦੇ ਵੀ ਅੱਜ ਸਾਡੇ ਹੁੰਦੇ ਆ, ਆਉਣ ਵਾਲੇ ਸਮੇਂ 'ਚ ਕੀ ਹੋਏਗਾ, ਇਹ ਕੀ ਹੋਏਗਾ। ਇਸ ਕਰਕੇ ਪੰਚਮ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿ ਜੋ ਸੱਚੀ ਬਾਣੀ ਹੈ, ਦਰਗਾਹੀ ਬਾਣੀ ਹੈ, ਇਹ ਸਾਰੀ ਇਕੱਤਰ ਕੀਤੀ ਜਾਵੇ। ਆਪ ਜੀ ਨੇ ਬਾਬਾ ਮੋਹਨ ਜੀ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਪੋਥੀਆਂ ਜਿਹੜੀਆਂ ਸੀ ਉਹ ਬੜੇ ਸਤਿਕਾਰ ਨਾਲ ਲਿਆਂਦੀਆਂ ਸਾਧ ਸਿੰਘ ਜੀ, ਬਾਬਾ ਮੋਹਨ ਜੀ ਕੋਲ, ਜੋ
ਬਾਣੀ ਦੀਆਂ ਪੋਥੀਆਂ ਸਨ ਉਹ ਜਾ ਕੇ ਲਿਆਏ ਹਨ ਗੁਰਸਿੱਖਾਂ ਸਮੇਤ ਬੜੇ ਸਤਿਕਾਰ ਦੇ ਨਾਲ। ਜਿਸ ਵੇਲੇ ਆਪ ਜੀ ਨੇ ਉਹ ਪੋਥੀਆਂ ਜਿਸ ਵਿੱਚ ਇਲਾਹੀ ਬਾਣੀ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ, ਗੁਰੂ ਅੰਗਦ ਸਾਹਿਬ ਮਹਾਰਾਜ ਦੀ ਬਾਣੀ, ਗੁਰੂ ਅਮਰਦਾਸ ਮਹਾਰਾਜ ਦੀ ਬਾਣੀ, ਭਗਤਾਂ ਦੀ ਬਾਣੀ, ਤਾਂ ਉਸ ਵੇਲੇ ਆਪ ਜੀ ਨੇ ਕੀ ਉਚਾਰਨ ਕੀਤਾ? ਪੀਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਪਿਆ ਨਿਧਾਨਾ। ਇਹ ਖਜ਼ਾਨਾ ਹੈ। ਆਮ ਕਈ ਵਾਰ ਇਹ ਕਿਹਾ ਜਾਂਦਾ ਕਿ ਆਹ ਸਾਡੇ ਪਿਤਾ ਦੀ ਕਮਾਈ ਹੈ, ਆਹ ਸਾਡੇ ਦਾਦੇ ਦੀ ਕਮਾਈ ਹੈ, ਉਹਨਾਂ ਨੇ ਕੋਠੀਆਂ ਸਾਡੇ ਵਾਸਤੇ ਬਣਾਈਆਂ, ਉਹਨਾਂ ਸਾਡੇ ਵਾਸਤੇ ਫੈਕਟਰੀਆਂ ਬਣਾਈਆਂ। ਕਈ ਕਹਿਣਗੇ ਇਹਨੂੰ ਦਾਦੇ ਦਾ ਰਾਜ ਮਿਲਿਆ, ਇਹਨੂੰ ਪਿਤਾ ਦਾ ਰਾਜ ਮਿਲਿਆ, ਜਾਂ ਰਾਜਨੀਤਿਕ ਹੈ ਇਹ, ਆਪਣੇ ਪਿਤਾ ਦੇ ਥਾਂ ਆਇਆ ਹੈ ਭਾਈ, ਇਹਦੇ ਪਿਤਾ ਨੇ ਆਹ ਕੰਮ ਕੀਤੇ, ਆਮ ਮਾਣ ਨਾਲ ਕਿਹਾ ਜਾਂਦਾ। ਧਨ ਖਜ਼ਾਨਾ ਹੁੰਦਾ ਹੈ, ਸਾਡੇ ਪਿਤਾ ਦਾਦੇ ਦੀ ਕਮਾਈ ਹੈ, ਉਹਨਾਂ ਦੀ ਕਮਾਈ। ਪਰ ਮੇਰੇ ਪੰਚਮ ਪਾਤਸ਼ਾਹ ਕਹਿੰਦੇ ਉਹਨਾਂ ਖਜ਼ਾਨੇ ਦੀ ਗੱਲ ਛੱਡੋ, ਆਹ ਸਾਨੂੰ ਜਿਹੜਾ ਖਜ਼ਾਨਾ ਮਿਲਿਆ ਹੈ, ਆਹ ਦੇਖੋ ਉਹਦੇ ਬਾਰੇ ਸਾਹਿਬ ਆ ਬਚਨ ਕਰਦੇ ਆ। ਪਿਓ ਦਾਦੇ ਦਾ ਖਜ਼ਾਨਾ ਖੋਲ ਡਿੱਠਾ ਰਤਨਾਂ ਦੇ ਨਾਲ ਭਰਿਆ, ਪਿਓ ਦਾਦੇ ਦਾ ਖਜ਼ਾਨਾ ਖੋਲ ਡਿੱਠਾ ਰਤਨਾਂ ਦੇ ਨਾਲ ਭਰਿਆ, ਪਿਓ ਦਾਦੇ ਦਾ ਖਜ਼ਾਨਾ ਖੋਲ ਡਿੱਠਾ ਰਤਨਾਂ ਦੇ ਨਾਲ ਭਰਿਆ, ਖਜ਼ਾਨਾ ਖੋਲ ਖਜ਼ਾਨਾ ਖੋਲ ਡਿੱਠਾ ਖਜ਼ਾਨਾ ਖੋਲ ਡਿੱਠਾ ਰਤਨਾਂ ਦੇ ਨਾਲ ਭਰਿਆ, ਪਿਓ ਦਾਦੇ ਦਾ ਖਜ਼ਾਨਾ ਖੋਲ ਡਿੱਠਾ ਰਤਨਾਂ ਦੇ ਨਾਲ ਭਰਿਆ, ਦਾਦੇ ਦਾ ਖਜ਼ਾਨਾ ਖੋਲ ਡਿੱਠਾ ਰਤਨਾਂ ਦੇ ਨਾਲ ਭਰਿਆ, ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਪਿਆ ਨਿਧਾਨਾ। ਆਹ ਖਜ਼ਾਨਾ ਹੈ ਸੱਚ ਦਾ, ਗਿਆਨ ਦਾ। ਜਿਹੜੇ ਦੁਨਿਆਵੀ ਖਜ਼ਾਨੇ ਹੈ ਉਹ ਇੱਥੇ ਵੀ ਦੁਖੀ ਕਰਦੇ ਹੈ ਅਤੇ ਅੱਗੇ ਵੀ ਨਾਲ ਨਹੀਂ ਜਾਂਦੇ, ਅੱਗੇ ਵੀ ਨਾਲ ਨਹੀਂ ਜਾਂਦੇ। ਬੜੇ ਬੜੇ ਖਜ਼ਾਨਿਆਂ ਦੇ ਮਾਲਕ ਸੰਸਾਰ ਤੋਂ ਹਾਰ ਕੇ ਗਏ ਹੈ। ਹਰਨਾਕਸ਼ ਦਾ ਰਾਜ ਕਿੰਨਾ ਵੱਡਾ ਸੀ, ਬਸ ਦਾ ਬਸ ਕਿੰਨੀ ਸਾ ਰਾਜੇ ਬੇਨਤੀ ਕਰਿਆ ਪਟਰਾਣੀ,
ਬੜੇ ਵੱਡੇ ਰਾਜੇ ਇਹਦੇ ਪਾਣੀਹਾਰ ਇਹਦਾ ਹੁਕਮ ਮੰਨਦੇ ਸਨ ਸਤਸੰਗ ਜੀ। ਇਸੇ ਤਰ੍ਹਾਂ ਰਾਵਣ ਕੋਲ ਖਜ਼ਾਨਾ ਬਹੁਤ ਸੀ, ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਕਾਰੂ ਬਾਦਸ਼ਾਹ ਨੇ 40 ਗੰਜ ਜੋੜੇ, ਇਸ ਤਰ੍ਹਾਂ ਜ਼ਿਕਰ ਆਉਂਦਾ ਹੈ। ਪਰ ਉਹਨਾਂ ਕੋਲ ਨਾਮਣੀ ਦਾ ਖਜ਼ਾਨਾ ਨਹੀਂ ਸੀ। ਹੋਇਆ ਕਿ ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਵਾਹਿਗੁਰੂ ਦੇ ਨਾਮ ਤੋਂ ਬਗੈਰ ਬਾਜੀ ਹਾਰ ਕੇ ਗਏ। ਹਰ ਬਿਸਰਤ ਸਦਾ ਖੁਆਰੀ, ਤਾ ਕੋ ਧੋਖਾ ਕਹਾਂ ਵਿਆਪੈ, ਜਾ ਕੋ ਓੜ ਤੁਹਾਰੀ। ਬਿਨ ਸਿਮਰਨ ਜੋ ਜੀਵਨ ਬਲ ਨਾ ਸਰਬ ਜੈਸੇ ਅਰਜਾਰੀ, ਨਭ ਖਣਨ ਕੋ ਰਾਜ ਕਮਾਵੈ, ਅੰਚਲੈ ਗੋ ਹਾਰੀ। ਅੰਤ ਨੂੰ ਉਹ ਹਾਰ ਕੇ ਜਾਂਦੇ ਹੈ ਜਿਨ੍ਹਾਂ ਕੋਲ ਨਾਮ ਬਣੀ ਦਾ ਖਜ਼ਾਨਾ ਨਹੀਂ। ਜਿੱਤ ਕੇ ਜਾਂਦੇ ਹੈ, ਮੰਨੇ ਨਾ ਉਹ ਸੋਈ ਜਣ ਜਾਏ, ਔਰ ਹੀ ਕਰਨ ਲੇਖੇ ਲੈ। ਬਾਕੀ ਤਾਂ ਬੜੇ ਬੜੇ ਸੰਸਾਰ ਤੋਂ ਹਾਰ ਕੇ ਗਏ। ਉਹ ਨਾਮ ਬਾਣੀ ਦੇ ਖਜ਼ਾਨੇ ਬਾਜੋ ਖਾਲੀ, ਰਾਜੇ ਮਹਾਰਾਜੇ ਹਾਰ ਗਏ। ਨਾਮ ਬਾਣੀ ਦੇ ਖਜ਼ਾਨੇ ਬਾਜੋ ਖਾਲੀ, ਰਾਜੇ ਮਹਾਰਾਜੇ ਹਾਰ ਗਏ। ਨਾਮ ਬਾਣੀ ਦੇ ਖਜ਼ਾਨੇ ਬਾਜੋ ਖਾਲੀ, ਰਾਜੇ ਮਹਾਰਾਜੇ ਹਾਰ ਗਏ। ਨਾਮ ਬਾਣੀ ਦੇ ਖਜ਼ਾਨੇ ਬਾਜੋ ਖਾਲੀ, ਰਾਜੇ ਮਹਾਰਾਜੇ ਹਾਰ ਗਏ। ਰਾਜੇ ਮਹਾਰਾਜੇ ਹਾਰ ਗਏ, ਬਾਣੀ ਦੇਖ ਜਾਨੇ ਬਾਜੋ ਖਾਲੀ, ਰਾਜੇ ਮਹਾਰਾਜੇ ਹਾਰ ਗਏ। ਨਾਮ ਬਾਣੀ ਦੇਖ ਜਾਨੇ ਬਾਜੋ ਖਾਲੀ, ਰਾਜੇ ਮਹਾਰਾਜੇ ਹਾਰ ਗਏ। ਨਾਮ ਬਾਣੀ ਦੇਖ ਜਾਨੇ ਬਾਜੋ ਖਾਲੀ, ਰਾਜੇ ਮਹਾਰਾਜੇ ਹਾਰ ਖਜ਼ਾਨੇ ਬਾਜੋ ਖਾਲੀ, ਰਾਜੇ ਮਹਾਰਾਜੇ ਹਾਰ ਗਏ। ਨਾਮ ਬਾਣੀ ਦੇ ਖਜ਼ਾਨੇ ਬਾਜੋ ਖਾਲੀ, ਰਾਜੇ ਮਹਾਰਾਜੇ ਹਾਰ ਗਏ। ਸਿਕੰਦਰ ਵਰਗੇ ਰਾਜੇ ਜਿਹੜੇ ਕਹਿੰਦੇ ਸਾਰੀ ਦੁਨੀਆਂ 'ਤੇ ਰਾਜ ਕਰਨਾ, 20 ਸਾਲ ਦੀ ਉਮਰ 'ਚ ਫਤੂਰ ਉੱਠਿਆ ਸੀ, 32 ਸਾਲ ਦੀ ਉਮਰ 'ਚ ਸੰਸਾਰ ਤੋਂ ਜਾ ਰਿਹਾ। ਬਾਬਲ ਕੁੰਟੀ ਦੇ ਰਸਤੇ ਜਦ ਬਾਸ ਜਾ ਰਿਹਾ ਸੀ ਨਾ, ਸਰਦ ਗਰਮ ਸਰੀਰ ਹੋ ਗਿਆ। ਅਹਿਲਕਾਰਾਂ ਨੇ ਲਟਾਇਆ, ਥੱਲੇ ਲੋਹੇ ਦੀ ਸੰਜੋਹ ਹੈ ਅਤੇ ਉੱਤੇ ਮੂੰਹ 'ਤੇ ਛਾ ਕਰਨ ਵਾਸਤੇ ਸੁਨਹਿਰੀ ਢਾਲ ਬਰਛੇ 'ਤੇ ਟੰਗੀ ਹੈ। ਕਿਸੇ ਸਮੇਂ ਇਹਨੂੰ ਦੱਸਿਆ ਗਿਆ ਸੀ ਕਿ ਤੇਰਾ ਅੰਤ ਸਮਾਂ ਉਦੋਂ ਆਉਣਾ ਹੈ ਜਦੋਂ ਧਰਤੀ ਲੋਹੇ ਦੀ, ਅਸਮਾਨ ਸੋਨੇ ਦਾ ਹੋਏਗਾ। ਦੇਖਿਆ ਲੋਹੇ ਦੀ ਸੰਜੋਹ ਸੁਨਹਿਰੀ ਢਾਲ ਉੱਪਰ ਹੈ, ਮੌਤ ਸਾਹਮਣੇ ਦਿਸਦੀ ਹੈ, ਅਕਾਲ ਸਾਹਮਣੇ ਦਿੱਤਾ। ਤਾਹਾ ਮਾਰ ਮਾਰ ਉੱਚੀ ਉੱਚੀ ਰੋਇਆ ਸਾਧ ਸੰਗਤ ਜੀ, ਉੱਚੀ ਉੱਚੀ ਰੋਇਆ।
ਜਿਹੜੇ ਬੰਦੇ ਇੱਕ ਤਾਂ ਵਾਹਿਗੁਰੂ ਦੇ ਪਿਆਰੇ ਨੇ ਉਹ ਤਾਂ ਸਦਾ ਹੀ ਸੱਚ ਬੋਲਦੇ ਆ, ਪਰ ਵੱਡੇ ਵੱਡੇ ਪਾਪ ਕਰਨ ਵਾਲਿਆਂ ਕੋਲੋਂ ਵੀ ਕਾਲ ਅੰਤ ਸਮੇਂ ਸੱਚ ਕਢਾ ਦਿੰਦਾ, ਮੌਤ ਦਾ ਡਰ ਪੈਸਾ ਸੱਚ ਕੀ ਹੈ। ਰਾਮ ਨੂੰ ਪੁੱਛਿਆ ਸੀ ਜਿਹੜਾ ਕਹਿੰਦਾ ਸੀ ਮੈਂ ਕਾਲ ਪਾਵੇ ਨਾਲ ਬੰਨ ਲਿਆ, ਅਤੇ ਸ਼੍ਰੀ ਰਾਮ ਚੰਦਰ ਜੀ ਨੇ ਲਛਮਣ ਨੂੰ ਭੇਜਿਆ ਸੀ ਵੀ ਜਾ ਪੁੱਛ ਕੀ ਜ਼ਿੰਦਗੀ ਦਾ ਰਿਜ਼ਲਟ ਕੱਢਿਆ, ਅਤੇ ਉਹਨੇ ਕਿਹਾ ਸੀ ਮੇਰੇ ਕੋਲੋਂ ਵੱਡੇ ਵੱਡੇ ਰਾਜੇ ਵੀ ਮੇਰੇ ਨਾਂ 'ਤੇ ਥਰ ਥਰ ਕਰਕੇ ਕੰਬਦੇ ਸੀ, ਉਹ ਵੀ ਮੇਰੇ ਦਰਬਾਰ 'ਚ ਹੱਥ ਜੋੜ ਕੇ ਖੜ੍ਹੇ ਰਹਿੰਦੇ ਸੀ, ਕੋਈ ਝਾਕ ਨਹੀਂ ਸਕਦਾ। ਜਾਹੀ ਗੜ ਕੋ ਰੀਸ਼ ਬਾਂਧ ਟਿੱਤ ਹੈ ਸਭੀ ਦਿਨ ਏਕ ਸਿਨਾ ਦੇਖੇ ਮਨ ਭਾਵ, ਅਤੇ ਉਹ ਸਾਰੇ ਦਿਨ ਇੱਕੋ ਜਿਹੇ ਨਹੀਂ ਜੇ ਰਹਿੰਦੇ, ਕਿੱਥੇ ਮੇਰੇ ਨਾਂ ਤੋਂ ਦੁਨੀਆ ਕੰਬਦ ਸੀ। ਮੈਂ ਕਹਿੰਦਾ ਸਾਂ ਮੈਂ ਕਾਲ ਪਾਵੇ ਨਾਲ ਬਣ ਲਿਆ, ਅੱਜ ਕਾਲ ਨੇ ਮੈਨੂੰ ਅੱਗੇ ਲਾ ਲਿਆ, ਜਾਣਾ ਭੁੱਲਿਓ ਨਾ ਯਾਦ ਰੱਖਿਓ। ਰੋ ਰੋ ਕੇ ਦੱਸਦਾ, ਸਿਕੰਦਰ ਵੀ ਰੋਇਆ, ਕਹਿਣ ਲੱਗਾ ਕਿ ਮੈਨੂੰ ਕੁਛ ਸਵਾਸ ਮਿਲ ਜਾਣ। ਜਵਾਬ ਆ ਰਿਹਾ ਨਹੀਂ ਮਿਲ ਸਕਦੇ, ਵੱਡੇ ਵੱਡੇ ਹਕੀਮ ਨਾਲ ਨੇ, ਵੈਦ ਨਾਲ ਨੇ, ਡਾਕਟਰ ਨਾਲ ਨੇ, ਵਜ਼ੀਰ ਅਹਿਲਕਾਰ ਨਾਲ ਨੇ, ਅਖੀਰ ਸਭ ਨੇ ਇੱਕ ਆਵਾਜ਼ ਵਿੱਚ ਕਿਹਾ ਐ ਸਿਕੰਦਰ ਬਾਦਸ਼ਾਹ, ਤੂੰ ਤਾਂ ਕਹਿੰਦਾ ਕਿ ਜਿਹੜਾ ਮੈਨੂੰ ਸਵਾਸ ਦੇ ਦੇਵੇ ਮੈਂ ਰਾਜ ਭਾਗ ਦੇ ਦਿਆਂਗਾ, ਉਹਦੀ ਨੌਕਰੀ ਉਹਦੀ ਚਾਕਰੀ ਕਰਾਂਗਾ, ਪਰ ਸਾਰੀ ਦੁਨੀਆ ਦਾ ਰਾਜ ਭਾਗ ਵੀ ਦਿੱਤਿਆਂ ਇੱਕ ਸਵਾਸ ਨਹੀਂ ਮਿਲਣਾ। ਬੜਾ ਰੋਇਆ, ਬੜਾ ਪਛਤਾਇਆ, ਅੱਜ ਕਦਰ ਪਈ ਸਵਾਸਾਂ ਦੀ। ਆ ਥੋੜ੍ਹਾ ਹੀ ਸਮਾਂ ਪਹਿਲਾਂ ਕਰੋਨਾ ਆਇਆ ਦੁਨੀਆ 'ਤੇ, ਸਾਰੀ ਦੁਨੀਆ ਹਿਲਾ ਦਿੱਤੀ ਹੈ, ਵੱਡੇ ਵੱਡੇ ਦੇਸ਼ ਕੰਬ ਉੱਠੇ, ਔਰ ਆਪਾਂ ਸਾਰੇ ਜਾਣਦੇ ਹਾਂ ਕਿ ਲੱਖਾਂ ਜਾਨਾਂ ਲੈ ਲਈਆਂ ਉਸਨੇ। ਇਟਲੀ ਦੇ ਵਿੱਚ ਇੱਕ ਬਜ਼ੁਰਗ ਸੀ ਅਤੇ ਉਹਦਾ ਇਲਾਜ ਹੋਇਆ, ਅਤੇ ਜਿਸ ਵੇਲੇ ਠੀਕ ਹੋ ਗਿਆ ਅਤੇ ਉਹਨੂੰ ਬਿੱਲ ਦਿੱਤਾ ਗਿਆ, ਜਿਸ ਉਹਨਾਂ ਨੇ ਬਿੱਲ ਪੜਿਆ ਅਤੇ ਉੱਚੀ ਉੱਚੀ ਰੋਣ ਲੱਗ ਪਿਆ। ਡਾਕਟਰ ਹੈਰਾਨ ਹੋ ਗਏ, ਸ਼ਾਇਦ ਇਸ ਬਜ਼ੁਰਗ ਕੋਲ ਇੰਨੇ ਯੂਰੋ ਡਾਲਰ ਨਹੀਂ ਹੋਣਗੇ। ਉਸ ਓਲਡ ਮੈਨ ਨੂੰ ਬਜ਼ੁਰਗ ਨੂੰ ਕਹਿਣ ਲੱਗੇ ਜਿਵੇਂ ਆਪਾਂ ਬਜ਼ੁਰਗ ਨੂੰ ਬਾਬਾ ਜੀ ਕਹਿ ਦਿੰਦੇ ਹਾਂ, ਉਹਨਾਂ ਕਿਹਾ ਕਿ ਦੇਖੋ ਤੁਸੀਂ ਰਹੋ ਨਾ, ਜੇ ਤੁਹਾਡੇ ਕੋਲ ਪੈਸੇ ਨਹੀਂ, ਯੂਰੋ ਨਹੀਂ, ਡਾਲਰ ਨਹੀਂ, ਅਸੀਂ ਇੰਤਜ਼ਾਮ ਕਰ ਦਿਆਂਗੇ, ਇਹ 'ਚੋਂ ਘਟਾ ਵੀ ਦਿਆਂਗੇ, ਤੁਸੀਂ ਕਿਉਂ ਰੋ ਰਹੇ ਹੋ। ਉਸ ਬਜ਼ੁਰਗ ਬਾਬੇ ਨੇ ਕਿਹਾ ਮੈਂ ਇਸ ਕਰਕੇ ਨਹੀਂ ਰੋ ਰਿਹਾ ਵੀ ਬਿੱਲ ਬਹੁਤ ਹੈ ਅਤੇ ਮੇਰੇ ਕੋਲ ਪੈਸੇ ਨਹੀਂ, ਪੈਸੇ ਮੈਂ ਦੇ ਸਕਦਾ, ਮੈਂ ਉਸ ਗੌਰ ਨੂੰ ਰੱਬ ਨੂੰ ਯਾਦ ਕਰਕੇ ਰੋ ਰਿਹਾ, ਆ ਥੋੜ੍ਹੇ ਸਵਾਸ ਥੋੜ੍ਹਾ ਸਮਾਂ ਮੈਨੂੰ ਆਕਸੀਜਨ ਨਕਲੀ ਇਹਨਾਂ ਨੇ ਦਿੱਤੀ ਹੈ ਜਿਉਂਦੇ ਰੱਖਣ ਵਾਸਤੇ, ਉਹਦਾ ਇੰਨਾ ਵੱਡਾ ਬਿੱਲ ਹੈ, ਹੇ ਵਾਹਿਗੁਰੂ ਤੂੰ ਕਰੋੜਾਂ ਸਵਾਸ ਦਿੱਤੇ ਨੇ, ਕਿਸੇ ਕੋਲੋਂ ਬਿੱਲ ਨਹੀਂ ਤੂੰ ਲੈਂਦਾ। ਜਿਸ ਮਾਲਕ ਨੇ ਜੀਵਨ ਦਿੱਤਾ ਮੈਂ ਉਹਨੂੰ ਯਾਦ ਕਰ ਰੋਣਾ, ਅਸੀਂ ਇੰਨੇ ਭੁੱਲ ਗਏ, ਅਸੀਂ ਕਿਰਤਘਾਣ ਹੋ ਗਏ ਹਾਂ, ਆਹ ਨਕਲੀ ਸਵਾਸਾਂ ਦਾ ਇੰਨਾ ਬਿੱਲ ਹੈ, ਤੇਰੇ 'ਤੇ ਸਵਾਸ ਅਸਲੀ ਦਿੱਤੇ ਹੋਏ ਨੇ। ਸਮੇਂ 'ਤੇ ਆ ਕੇ ਕਦਰ ਪੈਂਦੀ ਹੈ। ਅੱਜ ਸਿਕੰਦਰ ਬਾਦਸ਼ਾਹ ਨੂੰ ਪਤਾ ਲੱਗਾ ਕਿ ਇਹ ਜਨਮ ਕਿੰਨਾ ਅਮੋਲਕ ਹੈ, ਕਿੰਨਾ ਕੀਮਤੀ ਹੈ। ਜੇ ਮੈਨੂੰ ਪਤਾ ਹੁੰਦਾ ਮੈਂ ਚੰਗੇ ਕੰਮ ਕਰਦਾ,
ਆਖਰੀ ਸਮੇਂ ਸੱਚ ਔਰੰਗਜ਼ੇਬ ਨੇ ਵੀ ਜੋ ਆਖਰੀ ਸਮੇਂ ਲਿਖਿਆ ਨਾ ਆਪਣੀ ਜ਼ਿੰਦਗੀ ਦਾ ਰਿਜ਼ਲਟ ਕੱਢਿਆ ਵੀ ਮੇਰੇ ਕੋਲ ਆਹ ਗੁਨਾਹ ਹੋਏ ਨੇ ਕਿੱਥੇ ਬਖਸ਼ਿਆ ਜਾਵਾਂਗਾ। ਵੈਦ ਹਕੀਮ ਡਾਕਟਰ ਸਿਕੰਦਰ ਨੂੰ ਕਹਿੰਦੇ ਨੇ ਨਾਭੀ ਵਿੱਚ ਉਹ ਪ੍ਰਾਣਾਂ ਦੀ ਗੰਢ ਖੁੱਲ੍ਹ ਚੁੱਕੀ ਹੈ ਅਤੇ ਥੋੜ੍ਹੇ ਸਵਾਸ ਬਾਕੀ ਹੈ। ਕਹਿੰਦਾ ਇਉਂ ਕਰਿਆ ਜੇ ਮੇਰੀ ਅਰਥੀ ਜਾਂ ਤਿਆਰ ਹੋਵੇ ਤਾਂ ਮੇਰੇ ਹੱਥ ਖਫਨ ਜੋ ਬਾਹਰ ਕੱਢ ਦਿਓ, ਬਾਜ਼ਾਰ ਘੁੰਮਾਇਓ, ਦੁਨੀਆ ਨੂੰ ਪਤਾ ਲੱਗੇ ਦੁਨੀਆ ਦਾ ਸਿਕੰਦਰ ਬਾਦਸ਼ਾਹ ਖਾਲੀ ਹੱਥ ਸੰਸਾਰ ਤੋਂ ਚਲਾ ਗਿਆ। ਇੱਕ ਸਵਾਸ ਨਹੀਂ ਮੰਗਿਆ ਮਿਲਿਆ ਉਸਨੂੰ। ਦੇਖੋ ਇੱਥੇ ਆ ਕੇ ਕੀਮਤ ਪੈਂਦੀ ਹੈ। ਰੋ ਕੇ ਗਿਆ, ਹਾਰ ਕੇ ਗਿਆ। ਅਸੀਂ ਕਹਿੰਦੇ ਹਾਂ ਕਿ ਰਾਜੇ ਨਰ ਨੇ ਰਾਜ ਭਾਗ ਜੂਏ ਵਿੱਚ ਹਾਰ ਦਿੱਤਾ, ਬੜਾ ਮਾੜਾ ਕੀਤਾ। ਅਸੀਂ ਕਹਿੰਦੇ ਹਾਂ ਪੜ੍ਹਦੇ ਹਾਂ ਕਿ ਪਾਂਡਵਾਂ ਨੇ ਜੂਆ ਖੇਡਿਆ, ਰਾਜ ਹਾਰਿਆ, 13 ਸਾਲ ਬਨਵਾਸ ਭੋਗਿਆ, ਐਸਾ ਕੰਮ ਕਿਉਂ ਕੀਤਾ ਹੁੰਦਾ? ਪਰ ਵਿਚਾਰ ਕਰੀਏ, ਇਤਿਹਾਸ ਦੱਸਦਾ ਮਹਾਂਭਾਰਤ ਦੇ ਯੁੱਧ ਤੋਂ ਬਾਅਦ ਪਾਂਡਵਾਂ ਨੂੰ ਰਾਜ ਫਿਰ ਮਿਲ ਗਿਆ ਸੀ। ਹੈ ਤਾਂ ਗੱਲ ਮਾੜੀ, ਰਾਜ ਹਾਰਿਆ। ਰਾਜ ਦੁਬਾਰਾ ਮਿਲ ਸਕਦਾ ਜੇ ਕਿਸੇ ਦੇ ਜੂਏ ਵਿੱਚ ਰਾਜ ਹਾਰਿਆ ਤਾਂ ਹੋ ਸਕਦਾ ਦੁਬਾਰਾ ਮਿਲ ਜਾਵੇ। ਪਰ ਮਾਰੇ ਕਹਿੰਦੇ ਇੱਕ ਉਹ ਹਨ ਜਿਹੜੇ ਜਨਮ ਜੂਏ ਵਿੱਚ ਹਾਰਦੇ ਆ। ਉਹ ਕਿਹੜੇ ਨੇ? ਜਿਹੜੇ ਸੇਵਾ ਸਿਮਰ ਤੋਂ ਖਾਲੀ ਨੇ, ਨਾਮ ਬਾਣੀ ਤੋਂ ਖਾਲੀ ਨੇ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਮੈਲੇ ਤਿੰਨੀ ਜਨਮ ਜੂਵੈ ਹਾਰਿਆ। ਰਾਜ ਮਿਲ ਸਕਦਾ ਹੈ ਪਰ ਜਿਨ੍ਹਾਂ ਨੇ ਜਨਮੀ ਜੂਏ ਵਿੱਚ ਹਾਰ ਦਿੱਤਾ ਦੁਬਾਰਾ ਜਨਮ ਨਹੀਂ ਮਿਲਣਾ। ਉਹ ਜਨਮ ਹਾਰਤਾ ਜੂਏ ਦੇ ਵਿੱਚ ਗਾਫਲਾ, ਜਪਿਆ ਨਾ ਨਾਮ ਰੱਬ ਦਾ, ਹਾਰਤਾ ਜੂਏ ਦੇ ਵਿੱਚ ਗਾਫਲਾ, ਜਪਿਆ ਨਾ ਨਾਮ ਰੱਬ ਦਾ, ਹਾਰਤਾ ਜੂਏ ਦੇ ਵਿੱਚ ਗਾਫਲਾ, ਜਪਿਆ ਨਾ ਨਾਮ ਰੱਬ ਦਾ, ਜਨਮ ਹਾਰਤਾ ਜੂਏ ਦੇ ਵਿੱਚ ਗਾਫਲਾ, ਜਪਿਆ ਨਾ ਨਾਮ ਰੱਬ ਦਾ, ਹਾਰਤਾ ਜੂਏ ਦੇ ਵਿੱਚ ਗਾਫਲਾ, ਜਪਿਆ ਨਾ ਨਾਮ ਰੱਬ ਦਾ, ਜਨਮ ਹਾਰਤਾ ਜੂਏ ਦੇ ਵਿੱਚ ਗਾਫਲਾ, ਜਪਿਆ ਨਾ ਨਾਮ ਰੱਬ ਦਾ, ਜਨਮ ਹਾਰਤਾ ਜੂਏ ਦੇ ਵਿੱਚ ਗਾਫਲਾ ਜੀ, ਜਪਿਆ ਨਾ ਨਾਮ ਰੱਬ ਦਾ, ਜਨਮ ਹਾਰਤਾ ਜੂਏ ਦੇ ਵਿੱਚ ਗਾਫਲਾ ਜੀ, ਜਪਿਆ ਨਾ ਨਾਮ ਰੱਬ ਦਾ, ਜਨਮ ਹਾਰਤਾ ਜੂਏ ਦੇ ਵਿੱਚ ਗਾਫਲਾ ਜੀ, ਜਪਿਆ ਨਾ ਨਾਮ ਰੱਬ ਦਾ। ਮਾਰ ਕੇ ਗਏ ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲਾ ਗਏ ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੇ। ਬਾਜੀ ਜਿੱਤ ਕੇ ਨਹੀਂ ਗਏ, ਬਾਜੀ ਜਿੱਤ ਕੇ ਕੌਣ ਜਾਂਦੇ? ਮੰਨੇ ਨਾਉ ਸੋਈ ਜਿਨ ਜਾਏ, ਔਰੀ ਕਰਮਨਾ ਲੇਖਿਆ ਲਾਏ। ਮੇਰੇ ਪੰਚਮ ਪਾਤਸ਼ਾਹ ਕਹਿੰਦੇ ਆਹ ਦੇਖੋ ਨਾਮ ਦਾ, ਗਿਆਨ ਦਾ ਖਜ਼ਾਨਾ, ਬਾਣੀ ਦਾ ਖਜ਼ਾਨਾ ਸਾਡੇ ਕੋਲ ਹੈ। ਵਾਹਿਗੁਰੂ ਦੇ ਪਿਆਰੇ ਇਹ ਖਜ਼ਾਨਾ ਇਕੱਠਾ ਕਰਦੇ ਹੈ,
ਕਿਨਹੀ ਵਣਜਿਆ ਕਾਂਸੀ ਤਾਂਬਾ, ਕਿਨਹੀ ਲਾਉਂ ਸੁਪਾਰੀ। ਸੰਤੋ ਵਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਵਾਰੀ। ਵਾਹਿਗੁਰੂ ਦੇ ਪਿਆਰੇ ਗੁਰੂ ਖਜ਼ਾਨਾ ਨਾਮ ਵਣਦਾ ਖਜ਼ਾਨਾ ਇਕੱਠਾ ਕਰਦੇ। ਅਸੀਂ ਵੀ ਮਾਣ ਨਾ ਕਹਿ ਸਕਦੇ ਹਾਂ ਗੁਰੂ 'ਤੇ ਮਾਣ ਰੱਖ ਕੇ, ਮਾਣ ਗੁਰੂ 'ਤੇ ਵੀ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਆ ਕਿਰਪਾ ਕੀਤੀ ਹੈ, ਦੇਖੋ ਸਾਨੂੰ ਆਪਣੇ ਬਣਾ ਲਿਆ ਅਤੇ ਆ ਸਾਨੂੰ ਨਾਮ ਬਾਣੀ ਦਾ ਖਜ਼ਾਨਾ ਸੌਂਪਿਆ। ਪਿਆਰੇ ਜੁੜ ਜਾਈਏ ਅਸੀਂ। ਸੋ ਪੰਚਮ ਪਾਤਸ਼ਾਹ ਮਾਰ ਕਹਿੰਦੇ ਆ ਖਜ਼ਾਨਾ ਹੈ। ਹੁਣ ਆਪ ਜੀਆਂ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ 'ਤੇ ਕਿਰਪਾ ਕੀਤੀ ਹੈ, ਔਰ ਜਿੱਥੇ ਗੁਰਦੁਆਰਾ ਸਾਹਿਬ ਹੈ ਰਾਮਸਰ ਸਾਹਿਬ, ਸੋਹਣੇ ਦਰਖਤ, ਇੱਥੇ ਆਪ ਜੀਆਂ ਨੇ ਸਾਰੀ ਬਾਣੀ ਜਿਹੜੀ ਇਕੱਤਰ ਸੀ ਉਹ ਕੀਤੀ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਲਿਖਾਉਣੀ ਸ਼ੁਰੂ ਕੀਤੀ ਹੈ। ਅਤੇ ਆਪ ਜੀ ਨੇ ਬਚਨ ਕੀਤਾ, ਭਗਤ ਕੀ ਸਭ ਮੇਲੋ, ਸਾਚੀ ਰਾਖੋ ਝੂਠੀ ਪੇਲੋ। ਸੱਚੀ ਬਾਣੀ ਜਿਹੜੀ ਹੈ ਨਾ ਸਤਿਗੁਰ ਦੀ, ਅਲਾਹੀ ਬਾਣੀ, ਉਹ ਰੱਖੋ। ਦੂਜੇ ਵਿੱਚ ਇੱਕ ਅੱਖਰ ਨਾ ਆ ਗਿਆ, ਭਾਈ ਸਾਹਿਬ ਭਾਈ ਗੁਰਦਾਸ ਜੀ 'ਤੇ ਇਹ ਬਖਸ਼ਿਸ਼ ਹੋਈ ਔਰ ਇਹ ਗੁਰਬਾਣੀ ਲਿਖਾਈ ਗਈ। ਉਸ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਜੋ ਬਾਣੀ ਹੈ, ਪੰਜ ਗੁਰੂ ਸਾਹਿਬਾਂ ਦੀ ਬਾਣੀ, 15 ਭਗਤਾਂ ਦੀ, 11 ਪੱਟਾਂ ਦੀ, 3 ਗੁਰਸਿੱਖਾਂ ਦੀ। ਬਾਅਦ ਵਿੱਚ ਸਮੇਂ ਆਏ ਅਤੇ 9ਵੇਂ ਸਤਿਗੁਰ ਦੀ ਬਾਣੀ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਦਮਦਮਾ ਸਾਹਿਬ ਚੜ੍ਹਾਈ ਹੈ। ਜਿਸ ਵੇਲੇ ਗ੍ਰੰਥ ਸਾਹਿਬ ਤਿਆਰ ਹੋਏ, ਇੱਕ ਬੇਨਤੀ ਕਰਾਂ, ਜੋ ਅਲਾਹੀ ਬਾਣੀ ਹੈ ਨਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ, ਇਹਦੇ ਵਿੱਚ ਬਚਨ ਕਈ ਜਗ੍ਹਾ ਆਉਂਦੇ ਆ, ਸ਼ੁੱਧ ਕੀਜੈ, ਭਾਵ ਕਿਸੇ ਨੂੰ ਇਹ ਸੋਚਣ ਦੀ ਲੋੜ ਨਹੀਂ, ਦੁਨੀਆ ਦੇ ਜਿੰਨੇ ਵੀ ਧਾਰਮਿਕ ਗ੍ਰੰਥ ਹਨ ਉਹ ਉਹਨਾਂ ਰਿਸ਼ੀ ਮੁਨੀ ਅਵਤਾਰਾਂ ਤੋਂ ਬਾਅਦ ਲਿਖੇ ਗਏ, ਧਿਆਨ ਦੇਣਾ। ਗੀਤਾ ਹੈ, ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਅਰਜਨ ਨੂੰ ਗੀਤਾ ਦਾ ਉਪਦੇਸ਼ ਦਿੱਤਾ ਹੈ। ਲਿਖੀ ਕਿਸ ਨੇ ਹੈ? ਬਾਅਦ ਵਿੱਚ ਵੇਦ ਵਿਆਸ ਜੀ ਨੇ ਗੀਤਾ ਲਿਖੀ ਹੈ। ਇਸੇ ਤਰ੍ਹਾਂ ਅੰਜੀਲ, ਇਹ ਵੀ ਈਸਾ ਜੀ ਤੋਂ ਬਾਅਦ ਲਿਖੀ ਗਈ। ਕੁਰਾਨ ਵੀ ਬਾਅਦ ਵਿੱਚ ਲਿਖਿਆ ਗਿਆ। ਹੋਰ ਵੀ ਕਿੰਨੇ ਧਰਮ ਗ੍ਰੰਥ ਜਿਨ੍ਹਾਂ ਦਾ ਜ਼ਿਕਰ ਆਉਂਦਾ ਹੈ ਕਿ ਉਹਨਾਂ ਮਹਾਂਪੁਰਸ਼ਾਂ ਸਤਿਪੁਰਸ਼ਾਂ ਦੇ ਹੁੰਦਿਆਂ ਨਹੀਂ ਲਿਖਿਆ ਗਿਆ। ਉਹਦੇ ਵਿੱਚ ਕਈ ਵਾਦ ਘਾਟ ਹੋਏ ਹੈ, ਜਿਵੇਂ ਕੁਰਾਨ ਹੈ ਬਹੁਤ ਵੱਡਾ ਬਣ ਗਿਆ, ਫਿਰ ਉਹਨਾਂ ਨੇ ਵਿਚਾਰ ਕੀਤੀ ਘੱਟ ਹੋਇਆ, ਬੜਾ ਕੁਛ ਹੋਇਆ। ਕੇਵਲ ਇੱਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੁੰਦਿਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਲਿਖਾਈ। ਦੁਨੀਆਂ ਦੀ ਕੋਈ ਵੀ ਤਾਕਤ ਇੱਕ ਵੀ ਅੱਖਰ ਘੱਟ ਵਧਾ ਨਹੀਂ ਸਕਦੀ, ਚਾਹੇ ਦੁਨੀਆਂ ਦਾ ਰਾਜਾ ਕਿਉਂ ਨਾ, ਇੱਕ ਵੀ ਅੱਖਰ ਸਿਆਰੀ ਬਿਆਰੀ ਅੱਖਰ ਵਧਾ ਘਟਾ ਨਹੀਂ ਸਕਦਾ। ਲੋੜ ਹੈ ਕਿ ਅਸੀਂ ਨਾਮ ਜਪੀ ਬਾਣੀ ਨਾਲ ਜੁੜੀਏ। ਮਹਾਂਪੁਰਸ਼ ਸ਼੍ਰੀ ਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਕਮਾਈ ਵਾਲੇ ਮਹਾਂਪੁਰਸ਼ ਹੋਏ ਨੇ। ਰਾਣਾ ਸਾਹਿਬ ਆਇਆ ਕਰਦੇ, ਰਾਣਾ ਸਾਹਿਬ ਵਾਲੇ ਮਹਾਂਪੁਰਸ਼, ਹੋਰ ਸਾਰੇ ਮਹਾਂਪੁਰਸ਼ਾਂ ਦਾ, ਸਾਰਿਆਂ ਦੇ ਆਪਸ ਵਿੱਚ ਬਹੁਤ ਪਿਆਰ ਸੀ, ਸਾਰੇ ਬੜਾ ਸਤਿਕਾਰ ਇੱਕ ਦੂਸਰੇ ਦਾ ਕਰਦੇ ਸਨ।
ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ ਪਾਸ ਕੁਛ ਪੜ੍ਹੇ ਲਿਖੇ ਪ੍ਰੇਮੀ ਆ ਗਏ, ਭਾਵ ਬਾਹਰਲੀ ਪੜ੍ਹਾਈ ਹੈ, ਅੰਦਰ ਨਾਮ ਦੀ ਕਮਾਈ ਨਹੀਂ ਹੈ ਜੀ। ਦੋਵੇਂ ਚੀਜ਼ਾਂ ਚਾਹੀਦੀਆਂ, ਜੇ ਬਾਹਰ ਦੀ ਪੜ੍ਹਾਈ ਹੋਵੇ ਅੰਦਰ ਨਾਮ ਦੀ ਕਮਾਈ ਹੋਵੇ, ਫਿਰ ਤਾਂ ਦੇਖੋ ਸੋਨੇ 'ਤੇ ਸੁਹਾਗਾ ਹੋ ਜਾਂਦਾ। ਮਹਾਂਪੁਰਸ਼ਾਂ ਨੂੰ ਕਹਿਣ ਲੱਗੇ ਜੀ ਇੱਥੇ ਸੋਧ ਹੋਣ ਵਾਲੀ ਹੈ। ਕਹਿੰਦੇ ਦੱਸੋ ਭਾਈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੋਧ ਤਾਂ ਆਪਣੇ ਮਨ ਦੀ ਕਰਨੀ ਹੈ, ਅਤੇ ਉਲਟਾ ਕਿ ਬਾਣੀ ਦੀ ਸੋਧ ਹੋਣ ਵਾਲੀ ਆ, ਜਿਵੇਂ ਇਤਿਹਾਸ ਦੇ ਮਗਰ ਪਏ ਹੋਏ। ਖੈਰ ਦੱਸੋ ਪ੍ਰੇਮੀਆਂ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਨਾ, ਇਲਾਹੀ ਬਾਣੀ, ਦਰਗਾਹੀ ਬਾਣੀ, ਦੱਸੋ ਕਿੱਥੇ ਭੁਲੇਖਿਆ ਤੁਹਾਨੂੰ? ਕਹਿੰਦੇ ਵੇਖੋ ਜੀ, ਆਹ ਜਿਹੜਾ ਵਚਨ ਆਉਂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਚਾਰਨ ਕੀਤਾ, ਜਿਨ ਕੇ ਬੰਕੇ ਘੜੀ ਨਾ ਆਇਆ ਤਿੰਨ ਕਿਉਂ ਰਹਿਣ ਵਿਹਾਣੀ। ਮਹਾਂਪੁਰਸ਼ ਕਹਿੰਦੇ ਇਹਦੇ ਬਾਰੇ ਕੀ ਵਿਚਾਰ ਤੁਹਾਡੀ? ਕਹਿੰਦੇ ਜੀ ਬੰਕੇ ਬਹੁ ਵਚਨ ਹੈ, ਆਇਆ ਇੱਕ ਵਚਨ ਹੈ। ਜਿੱਥੇ ਆਇਆ ਨਾ, ਇੱਥੇ ਆਏ ਚਾਹੀਦਾ ਸੀ। ਦੇਖੋ ਆਇਆ ਇੱਕ ਵਚਨ ਹੈ, ਬੰਕੇ ਬਹੁ ਵਚਨ ਹੈ, ਇੱਥੇ ਆਏ ਚਾਹੀਦਾ। ਮਹਾਂਪੁਰਸ਼ ਕਹਿੰਦੇ ਦੇਖੋ ਭਾਈ, ਸਤਿਗੁਰ ਦੀ ਬਾਣੀ ਦਰਗਾਹੀ ਬਾਣੀ ਹੈ, ਅਟਲ ਬਾਣੀ, ਅਮਰ ਬਾਣੀ ਹੈ। ਇਹਦੇ 'ਚ ਕੋਈ ਅੱਖਰ ਘਟਾਵ ਦਾ ਨਹੀਂ ਸਕਦਾ, ਲੋੜ ਵਿਚਾਰ ਦੀ ਹੈ, ਅਨੁਭਵ ਦੀ ਹੈ। ਡਾਕਟਰ ਸਵਾਮੀ ਰਾਮ ਜੀ ਮਹਾਂਪੁਰਸ਼ਾਂ ਦੇ ਕੋਲ ਸੰਤ ਰਿਆਂ ਵਿੱਚ ਪਹਿਲੀ ਵਾਰ ਆਏ ਸਨ। ਉਹਨਾਂ ਨੇ ਆਪਣੇ ਜੀਵਨ ਦੀ ਇੱਕ ਗੱਲ ਲਿਖੀ, ਕਹਿੰਦੇ ਕਿ ਵਿਨੋਬਾ ਭਾਵੇ ਜੀ ਲਿਖਦੇ ਸੀ ਗੀਤ ਕਵਿਤਾ, ਕਹਿੰਦੇ ਮੇਰਾ ਜਿਹੜਾ ਆਪਣਾ ਜੀਵਨ ਸੀ ਉਹਦੇ ਖਿਆਲ ਅਨੁਸਾਰ ਮੈਂ ਕਿਹਾ ਵੀ ਦੇਖਾਂ ਤਾਂ ਸਹੀ। ਉਹ ਜਿਸ ਡਾਇਰੀ ਵਿੱਚ ਕਾਪੀ 'ਚ ਲਿਖਦੇ ਸੀ, ਕਹਿੰਦੇ ਜਦੋਂ ਮੇਰਾ ਰਾਤ ਨੂੰ ਸਮਾਂ ਲੱਗਾ ਨਾ ਵੀ ਹੁਣ ਇਹ ਮੇਰੇ ਹੱਥ ਲੱਗ ਜਾਏ ਕਿ ਮੈਂ ਦੇਖਾਂਗਾ, ਅਤੇ ਮੈਂ ਉਹ ਖੋਲ੍ਹੀ ਜਿਹੜੀ ਉਹ ਡਾਇਰੀ ਸੀ, ਕਾਪੀ ਸੀ, ਉਹਦੇ ਵਿੱਚ ਜਗ੍ਹਾ ਜਗ੍ਹਾ ਕਟਿੰਗ ਸੀ, ਜਗ੍ਹਾ ਜਗ੍ਹਾ ਪਹਿਲਾਂ ਲਿਖਦੇ, ਫਿਰ ਕੱਢਦੇ, ਫਿਰ ਸੋਧਦੇ, ਫਿਰ ਲਿਖਦੇ। ਵੱਡੇ ਵੱਡੇ ਦੁਨੀਆ ਦੇ ਜਿਹੜੇ ਫਿਲਾਸਫਰ ਵਿਦਵਾਨ ਹੈ, ਉਹ ਆਪਣੀ ਲਿਖਤ ਨੂੰ ਬਾਅਦ ਸੋਧਦੇ ਆ, ਕੱਢਦੇ ਆ, ਕਰਦੇ ਆ, ਬੜਾ ਕੁਛ ਕਰਦੇ ਆ। ਉਹ ਸਵਾਮੀ ਡਾਕਟਰ ਰਾਮ ਜੀ ਕਹਿੰਦੇ ਕੇਵਲ ਇੱਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ, ਬਾਕੀ ਤਾਂ ਕਹਿੰਦੇ ਬੜੀ ਜਗ੍ਹਾ ਕਟਿੰਗ ਹੈ, ਬਹੁਤ ਕੁਛ ਹੈ। ਇਹ ਤਾਂ ਦਰਗਾਹੀ ਬਾਣੀ। ਹੁਣ ਮਹਾਂਪੁਰਸ਼ਾਂ ਨੇ ਕੀ ਕਿਹਾ? ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੇ ਕਹਿੰਦੇ ਦੇਖੋ ਪ੍ਰੇਮੀਓ, ਜਿਨ ਕੇ ਬੰਕੇ ਬਹੁਵਚਨ ਹੈ, ਕਹਿੰਦੇ ਹਾਂਜੀ, ਕਹਿੰਦੇ ਬਹੁਤੇ ਗਏ ਨਾ, ਘਰੀ ਨਾ ਆਇਆ ਇੱਕ ਵੀ ਮੁੜ ਕੇ ਨਾ ਆਇਆ। ਵੇਖੋ ਗਏ ਬਹੁਤ ਸਨ, ਬੰਕੇ ਬਹੁਵਚਨ, ਰਣ ਭੂਮੀ ਵਿੱਚ ਗਏ ਸਨ, ਜੰਗ ਵਿੱਚ ਮਾਰੇ ਗਏ, ਖਤਮ ਹੋ ਗਏ। ਕਹਿੰਦੇ ਬੰਕੇ ਬਹੁਵਚਨ ਬਹੁਤ ਗਏ, ਘਰੀ ਨਾ ਆਇਆ ਇੱਕ ਵੀ ਮੁੜ ਕੇ ਨਾ ਆਇਆ। ਆਮ ਕਈ ਵਾਰ ਕੋਈ ਐਸੀ ਗੱਲ ਵਰਤ ਜਾਵੇ ਅਤੇ ਕਹਿੰਦੇ ਵੇਖੋ ਸਾਰੇ ਦੇ ਸਾਰੇ ਜੀ ਚਲੇ ਗਏ, ਇੱਕ ਵੀ ਨਹੀਂ ਰਿਹਾ, ਇੱਕ ਵੀ ਨਹੀਂ ਆਇਆ ਮੁੜ ਕੇ ਵਿਚਾਰੇ ਸਾਰੇ ਆਪ ਭਾਣਾ ਵਰਤ ਕਈ ਵਾਰ ਵਰਤ ਜਾਂਦਾ। ਕਹਿੰਦੇ ਘਰੀ ਨਾ ਆਇਆ ਇੱਕ ਵੀ ਮੁੜ ਕੇ ਨਾ ਆਇਆ। ਕਹਿੰਦੇ ਹੁਣ ਦੱਸੋ, ਹੁਣ ਅਰਥ ਬਣ ਗਏ ਕਿ ਨਹੀਂ ਬਣ ਗਏ? ਚੁੱਪ ਕਰਕੇ ਚਲੇ ਗਏ। ਮੈਂ ਬੇਨਤੀ ਕਰ ਰਿਹਾ ਸੀ, ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੁੰਦਿਆਂ ਸਾਰੀ ਬਾਣੀ ਲਿਖਾਈ,
ਔਰ ਉਸ ਗੁਰਬਾਣੀ ਨੂੰ ਫਿਰ ਪੜ੍ਹ ਕੇ ਸਾਰਾ ਲਿਖ ਵੀ ਦਿੱਤਾ ਵੀ ਸੁਧ ਕੀਤਾ ਵੀ ਕਿਸੇ ਨੂੰ ਹੋਰ ਸੋਧਣ ਦੀ ਲੋੜ ਨਹੀਂ, ਸਤਿਗੁਰੂ ਦੀ ਬਾਣੀ ਹੈ ਸਾਧ ਸੰਗਤ ਦੀ, ਇਲਾਹੀ ਬਾਣੀ ਸਾਰੀ ਇਕੱਤਰ ਹੋਈ। ਆਪ ਜੀ ਨੇ ਫਿਰ ਕਿਹੜਾ ਦਿਨ ਰੱਖਿਆ, ਉਸ ਵੇਲੇ 14 ਅਗਸਤ 1604 ਸੀ, ਪਾਤਸ਼ਾਹ ਦੀ ਏਕਮ ਸੀ। ਆਓ ਸਾਰੀਆਂ ਸੰਗਤਾਂ, ਸਾਰੀਆਂ ਸੰਗਤ, ਇਸ ਤੋਂ ਪਹਿਲਾਂ ਭਾਈ ਬੰਨੋ ਜੀ ਨੇ ਲਾਹੌਰ ਭੇਜਿਆ ਜਿੱਤ ਬਣਾਉਣ ਵਾਸਤੇ ਇਤਿਹਾਸ ਲੰਮਾ। ਸਮਾਂ ਆਇਆ ਕਿ ਇਹ ਜਿਹੜਾ ਪਾਤਸ਼ਾਹ ਦੀ ਏਕਮ ਦਾ ਦਿਹਾੜਾ ਹੈ, ਉਸ ਦਿਨ ਹਰਿਮੰਦਰ ਸਾਹਿਬ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣਗੇ। ਉਸ ਵੇਲੇ ਗ੍ਰੰਥ ਸਾਹਿਬ ਜਾਂ ਪੋਥਾ ਸਾਹਿਬ ਕਹਿੰਦੇ ਸਨ। ਆਲੇ ਦੁਆਲੇ ਦੂਰੋਂ ਨੇੜਿਓਂ ਸੰਗਤਾਂ ਇਕੱਠੀਆਂ ਹੋਈਆਂ। ਮੇਰੇ ਪੰਚਮ ਪਾਤਸ਼ਾਹ ਜੀ ਨੇ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਸੀ ਉਹ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ 'ਤੇ ਰੱਖੇ। ਦੇਖੋ, ਆਪ ਚੌਰ ਫੜਿਆ, ਬਾਕੀ ਢੋਲਕੀਆਂ ਛੈਣੇ ਹੋਰ ਸਾਜ ਸੰਗਤਾਂ ਪ੍ਰਕਰਮਾਂ ਵਿੱਚ ਵਜਾਉਂਦੀਆਂ ਜਾ ਰਹੀਆਂ। ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ ਹੋਏ, ਤਾਬਿਆ ਕੌਣ ਬਿਠਾਏ? ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ। ਪੰਚਮ ਪਾਤਸ਼ਾਹ ਜਿਸ ਆਸਣ 'ਤੇ ਬੈਠ ਕੇ, ਜਿਸ ਗੱਦੀ 'ਤੇ ਬੈਠ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਸੀ, ਅੱਜ ਆਪਣਾ ਆਸਣ ਥੱਲੇ ਲਾ ਲਿਆ ਸਮਰੱਥ ਗੁਰੂ ਨੇ। ਦੇਖੋ, ਅਤੇ ਉੱਚੀ ਜਗ੍ਹਾ ਪ੍ਰਕਾਸ਼ ਕਰਾਏ ਨੇ, ਉੱਚੀ ਜਗ੍ਹਾ ਸਾਧ ਸੰਗਤ ਜੀ ਗ੍ਰੰਥ ਸਾਹਿਬ ਜੀ ਦੇ। ਅਤੇ ਉਸ ਵੇਲੇ ਅਰਦਾਸ ਹੋ ਕੇ ਫਿਰ ਹੁਕਮਨਾਮਾ ਲਿਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਆਰਾਮ। ਸਭ ਤੋਂ ਪਹਿਲੇ ਹੈਡ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਹੋਏ ਨੇ। ਸਤਿਗੁਰੂ ਦੀ ਬਾਣੀ, ਸਤਿਗੁਰੂ ਦੇ ਬਚਨ, ਸਤਿਗੁਰੂ ਦਾ ਉਪਦੇਸ਼, ਇੱਕ ਇੱਕ ਬਚਨ ਸਾਡੇ ਜੀਵਨ ਦੇ ਲਾਹ ਵਾਸਤੇ ਹੈ ਕਿ ਗੁਰੂ ਘਰ ਦੇ ਗ੍ਰੰਥੀ ਸਾਹਿਬ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਹੈ। ਧਿਆਨ ਦੇਣਾ ਗੱਲ, ਸਤਾਰਗੰਜ ਹੁਣ ਉੱਤਰਾਖੰਡ 'ਚ, ਪਹਿਲਾਂ ਯੂਪੀ ਸੀ, ਉੱਥੇ ਖੁੱਲ੍ਹੀ ਜਗ੍ਹਾ ਦੀਵਾਨ ਲੱਗਦੇ। ਦੀਵਾਨ ਤੋਂ ਪਹਿਲਾਂ ਉਹ ਕਮੇਟੀ ਵਾਲੇ ਜਿਹੜੇ ਸਿੰਘ ਸੀ ਮੈਨੂੰ ਕਹਿੰਦੇ, ਜੀ ਤੁਹਾਡੇ ਨਾਲ ਗੱਲ ਕਰਨੀ। ਮੈਂ ਕਿਹਾ ਦੱਸੋ। ਕਹਿੰਦੇ ਆ ਗ੍ਰੰਥੀ ਸਿੰਘ ਰਾਤ ਨੂੰ ਡਿਊਟੀਆਂ 'ਤੇ ਭੱਜੇ ਫਿਰਦੇ ਆ, ਇਹਨਾਂ 'ਤੇ ਥੋੜ੍ਹਾ ਜਿਹਾ ਤਵਾ ਲਾ ਦਿਓ ਜੀ। ਲੈ ਦੇਖੋ, ਮੇਰੇ ਕੋਲੋਂ ਇਹਨਾਂ ਨੂੰ ਲਾਲਚ ਬੜਾ ਜੀ। ਜਿਸ ਵੇਲੇ ਭੋਗ ਪੈਣਾ ਸੀ, ਮੈਂ ਬੇਨਤੀ ਕੀਤੀ ਵੀ ਇਸ ਗੁਰਦੁਆਰਾ ਸਾਹਿਬ ਅਤੇ ਸਕੂਲ ਦੀ ਕਮੇਟੀ ਵੱਲੋਂ ਮੈਨੂੰ ਆਹ ਹੁਕਮ ਹੋਇਆ, ਉਹ ਹੁਕਮ ਮੈਂ ਮੰਨ ਤਾਂ ਨਹੀਂ ਸਕਦਾ, ਹੁਕਮ ਦੇ ਗੁਰੂ ਦਾ ਮੰਨਣਾ, ਪਰ ਮੈਂ ਇੱਕ ਬੇਨਤੀ ਕਰਨਾ। ਇਹ ਗੱਲ ਇਹ ਕਹਿੰਦੇ ਹੈ ਕਿ ਜਿਹੜੇ ਭਾਈ ਸਾਹਿਬ ਨੇ, ਗ੍ਰੰਥੀ ਸਿੰਘ ਨੇ, ਇਹ ਰਾਤਾਂ ਨੂੰ ਵੀ ਜਾ ਕੇ ਦੂਸਰੀ ਜਗ੍ਹਾ ਡਿਊਟੀਆਂ ਲਾਉਂਦੇ ਆ, ਬੜਾ ਇਹਨਾਂ ਲੋਭ, ਬੜਾ ਲਾਲਚ ਹੈ, ਅਤੇ ਇਹਨਾਂ ਨੂੰ ਕਹਿ ਦਿਓ। ਮੈਂ ਕਿਹਾ ਵੀ ਮੇਰੀ ਇੱਕ ਬੇਨਤੀ ਹੈ, ਜੇ ਤੁਸੀਂ ਇਹਨਾਂ ਨੂੰ ਮਾਇਆ ਪੂਰੀ ਦਿਓ ਤਾਂ ਇਹ ਕਿਉਂ ਰਾਤਾਂ ਨੂੰ ਜਾਣ? ਇਹਨਾਂ ਨੇ ਵੀ ਬੱਚੇ ਪੜ੍ਹਾਉਣੇ ਆ, ਇਹਨਾਂ ਦੇ ਵੀ ਖਰਚੇ ਆ, ਤੁਹਾਡੇ ਕੋਲ 100-100 ਕਿੱਲਾ ਜ਼ਮੀਨ ਹੋਵੇ ਤੁਸੀਂ ਤਾਂ ਵੀ ਕਹਿੰਦੇ ਅਸੀਂ ਕਰਜਾਈ ਹਾਂ। ਮੈਂ ਕਿਹਾ ਮੈਨੂੰ ਵੱਡਿਆਂ ਵੱਡਿਆਂ ਦਾ ਪਤਾ ਹੈ, ਜਿਹੜੇ 100-100, 200-200 ਏਕੜ ਦੇ ਮਾਲਕ ਨੇ ਉਹਨਾਂ ਨੇ ਜਾ ਕੇ ਠੇਕੇ 'ਤੇ ਜੰਗਲ ਨਹੀਂ ਵਾਹੇ, ਤੁਹਾਡਾ ਤਾਂ ਇਹਨਾਂ ਨੇ ਢਿੱਡ ਨਹੀਂ ਭਰਿਆ।
ਤੁਹਾਨੂੰ ਲੋਭ ਲਾਲਚ ਇੰਨਾ ਅਤੇ ਗ੍ਰੰਥੀ ਸਿੰਘਾਂ 'ਤੇ ਤੁਸੀਂ ਮਗਰ ਪਏ ਹੋ। ਚੰਗੇ ਗੁਰਮੁਖ ਗ੍ਰੰਥੀ ਸਿੰਘ ਰੱਖੋ ਔਰ ਦੇਖੋ ਵੀ ਤੁਹਾਡੇ ਘਰ ਦਾ ਖਰਚਾ ਕਿੰਨਾ ਹੈ। ਉਹਨਾਂ ਦੇ ਬਾਲ ਬੱਚੇ ਵੀ ਹਨ, ਕੋਈ ਢਿੱਲਾ ਮੱਠਾ ਵੀ ਹੁੰਦਾ, ਕੋਈ ਦਵਾਈ ਲੈਣੀ, ਕਿਤਾਬਾਂ ਲੈਣੀਆਂ, ਫੀਸਾਂ ਦੇਣੀਆਂ, ਬੜਾ ਕੁਛ ਕਰਨਾ। ਅੱਜ ਕੀ ਹੁੰਦਾ, ਮੈਂ ਥੋੜ੍ਹਾ ਜਿਹਾ ਪਿੰਡਾਂ ਵੱਲ ਨੂੰ ਜੇ ਜਾਵਾਂ, ਇਹ ਦੇਖਿਆ ਜਾਂਦਾ ਵੀ ਸਭ ਤੋਂ ਮਾਇਆ ਘੱਟ ਲਵੇ, ਪ੍ਰਸ਼ਾਦੇ ਘਰਾਂ 'ਚ ਮੰਗ ਕੇ ਛਕ ਲਵੇ, ਹੁਕਨਾਮਾ ਵੀ ਭਾਵੇਂ ਨਾ ਲੈਣਾ ਆਉਂਦਾ ਹੋਵੇ। ਨਹੀਂ ਨਹੀਂ, ਗ੍ਰੰਥੀ ਸਿੰਘ ਗੁਰਮੁਖ ਪਿਆਰੇ ਜਿਹੜੇ ਨੇ ਉਹਨਾਂ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਔਰ ਸਾਡੀ ਜ਼ਿੰਮੇਵਾਰੀ ਕੀ ਹੈ ਕਿ ਅਸੀਂ ਉਹ ਵਿਦਵਾਨ ਜਿਨ੍ਹਾਂ ਨੇ ਸੰਥਿਆ ਲਈ ਹੋਵੇ, ਜਿਨ੍ਹਾਂ ਦਾ ਜੀਵਨ ਹੋਵੇ, ਉਹ ਹੋਣ ਅਤੇ ਉਹਨਾਂ ਨੂੰ ਕਿਸੇ ਇੱਧਰ ਉੱਧਰ ਝਾਕਣ ਦੀ ਲੋੜ ਨਾ ਪਵੇ, ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਸੋਹਣਾ ਕਰ ਸਕਣ, ਚੰਗੇ ਸਕੂਲ 'ਚ ਬੱਚੇ ਪੜ੍ਹਾ ਸਕਣ, ਉਹਨਾਂ ਦਾ ਵੀ ਗੁਜ਼ਾਰਾ ਚੰਗਾ ਹੋਵੇ, ਸਾਡਾ ਫਰਜ਼। ਇੱਕ ਗ੍ਰੰਥੀ ਸਿੰਘ ਕਈਆਂ ਦਾ ਜੀਵਨ ਬਦਲ ਦਿੰਦਾ, ਧਿਆਨ ਦੇਣਾ। ਸਾਲ ਵਿੱਚ ਅਸੀਂ ਗੁਰਦੁਆਰਾ ਸਾਹਿਬ ਜਾਂ ਹੋਰ ਇੱਕ ਦੋ ਸਵਾਗਮ ਜਿਹੜੇ ਕਰ ਲੈਂਦੇ ਹਾਂ, ਪਿੰਡਾਂ ਵਾਲੇ, ਸ਼ਹਿਰਾਂ ਵਾਲੇ, ਹੋਰ ਜਗ੍ਹਾ ਚੱਲਦੇ ਆ, ਇਹਨਾਂ ਨਾਲ ਗੱਲ ਨਹੀਂ ਬਣਨੀ। ਗੱਲ ਬਣਨੀ ਹੈ ਰੋਜ਼ ਦੀ, ਰੋਜ਼ ਜਿੱਥੇ ਸੰਗਤ ਆਉਂਦੀ ਹੈ। ਆ ਕਈ ਜਗ੍ਹਾ ਦਾਸ ਨੇ ਦੇਖਿਆ, ਉੱਥੇ ਜਾਂਗਲਾ ਨਗਰ ਹੈ ਬਟਾਲੇ ਦੇ ਲਾਗੇ, ਇੱਕ ਸਿੰਘ ਨੇ 70-80 ਬੱਚਿਆਂ ਨੂੰ ਸੰਥਿਆ ਵੀ ਦਿੱਤੀ, ਕੀਰਤਨ ਸਿਖਾ ਦਿੱਤਾ, ਅੰਮ੍ਰਿਤ ਛਕਾ ਦਿੱਤਾ, ਇੱਕ ਨੇ। ਹੋਰ ਵੀ ਕਈ ਜਗ੍ਹਾ ਦੇਖਿਆ ਜਿੱਥੇ ਗੁਰਮੁਖ ਪਿਆਰੇ ਗ੍ਰੰਥੀ ਸਿੰਘ ਜੀਵਨ ਵਾਲੇ ਨੇ, ਉਹ ਬੀਬੀਆਂ ਭਾਈਆਂ ਨੂੰ ਪ੍ਰੇਰਨਾ ਦਿੰਦੇ ਕਿ ਭਾਈ ਗੁਰੂ ਵਾਲੇ ਬਣੋ, ਖੰਡੇ ਬੱਡ ਦਾ ਅੰਮ੍ਰਿਤ ਛਕੋ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ। ਉਹ ਕਥਾ ਕਰਨਗੇ, ਚਾਹੇ ਗੁਰਬਾਣੀ ਦੀ ਕਥਾ ਕਰਨ, ਚਾਹੇ ਸੂਰ ਪ੍ਰਕਾਸ਼ ਦੀ ਕਰਨ, ਉਹਦੇ ਵਿੱਚ ਹਰ ਵਿਚਾਰ ਉਹਨਾਂ ਦੀ ਇਹ ਹੋਏਗੀ ਵੀ ਗੁਰੂ ਨਾਲ ਜੁੜੋ। ਉਹ ਬਦਲ ਦਿੰਦੇ ਰੋਜ਼ ਜਦੋਂ ਆਪਾਂ ਆਵਾਂਗੇ। ਮੈਂ ਬੇਨਤੀ ਕਰ ਰਿਹਾ ਸੀ, ਪੰਚਮ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ 'ਤੇ ਜਿਹੜੀ ਬਖਸ਼ਿਸ਼ ਕੀਤੀ ਹੈ, ਸਭ ਤੋਂ ਪਹਿਲੇ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਬਾਬਾ ਬੁੱਢਾ ਸਾਹਿਬ, ਕਿ ਭਾਈ ਗੁਰਮੁਖ ਜਨ ਐਸੇ ਹੋਣ, ਤੋੜਨ ਵਾਲੇ ਨਾ ਹੋਣ, ਜੋੜਨ ਵਾਲੇ ਹੋਣ, ਸਾਧ ਸੰਗਤ ਜੋੜਨ ਵਾਲੇ। ਇਸ ਕਰਕੇ ਅਸੀਂ ਸਤਿਗੁਰੂ ਨੇ ਜੋ ਕਰਕੇ ਦਿਖਾਇਆ, ਜੋ ਬਚਨ ਕੀਤੇ ਹੈ, ਉਹਨਾਂ ਬਚਨਾਂ ਨੂੰ ਅਮਲ ਵਿੱਚ ਲਿਆਈਏ। ਆਪਣਾ ਆਸਣ ਮੇਰੇ ਪੰਚਮ ਪਾਤਸ਼ਾਹ ਜੀ ਨੇ ਥੱਲੇ ਲਾ ਲਿਆ। ਦੇਖੋ, ਕੇਵਲ ਉਸ ਵੇਲੇ ਨਹੀਂ, ਸਦਾ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਾਂਗ, ਉਸ ਗ੍ਰੰਥ ਸਾਹਿਬ ਕਹਿੰਦੇ ਸੀ, ਪੋਥਾ ਸਾਹਿਬ ਕਹਿੰਦੇ ਸੀ। ਅਸ ਉੱਚੀ ਜਗ੍ਹਾ, ਆਪ ਥੱਲੇ ਧਰਤੀ 'ਤੇ ਆਸਣ ਲਾਇਆ ਹੈ। ਅੱਜ ਜਦੋਂ ਅਸੀਂ ਸ੍ਰੀ ਅਕਾਲ ਸਾਹਿਬ ਦਰਸ਼ਨ ਕਰਨ ਜਾਂਦੇ ਹਾਂ ਨਾ, ਅਤੇ ਉੱਥੇ ਹੈ ਕੋਠਾ ਸਾਹਿਬ, ਜਿੱਥੇ ਰਾਤ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਿਰਾਜਦੇ ਹੈ, ਜਿਸ ਸੋਹਣੇ ਪਲੰਗ 'ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸੁਖਾਸਨ ਹੁੰਦੇ ਹੈ, ਬਿਰਾਜਦੇ ਨੇ। ਉਹਦੇ ਨਾਲ ਥੱਲੇ ਇੱਕ ਚਾਦਰ ਵਿਛਾਈ ਜਾਂਦੀ ਹੈ ਚਿੱਟੀ। ਉਹਦਾ ਮਤਲਬ ਕੀ ਹੈ ਕਿ ਪੰਚਮ ਪਾਤਸ਼ਾਹ ਵੀ ਉਸ ਵੇਲੇ ਵੀ ਰਾਤ ਦੇ ਸਮੇਂ ਥੱਲੇ ਆਸਣ ਲਾਉਂਦੇ ਸੀ, ਅਤੇ ਅੱਜ ਉਹ ਪਤਾ ਲੱਗਦਾ ਕਿ ਦੇਖੋ ਉੱਥੇ ਕੋਠਾ ਸਾਹਿਬ ਥੱਲੇ ਚਾਦਰ ਵਿਛਾਉਣ ਦਾ ਮਤਲਬ ਇਹ ਹੈ ਕਿ ਪੰਚਮ ਪਾਤਸ਼ਾਹ ਜੀ ਨੇ ਇੰਨਾ ਸਤਿਕਾਰ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਸਾਧ ਸੰਗਤ। ਇਹ ਦਰਗਾਹੀ ਬਾਣੀ ਹੈ, ਤੁਰਕੀ ਬਾਣੀ ਆਈ ਤਿੰਨ ਸਗਲੀ, ਚਿੰਤ ਮਟਾਈ, ਸਾਧ ਸੰਗਤ ਜੀ। ਆਵੋ ਸਿੱਖ ਸਤਿਗੁਰ ਕੇ ਪਿਆਰ ਹੈ ਉਹ ਗਾਵੋ,
ਸੱਚੀ ਬਾਣੀ। ਸੱਚੀ ਬਾਣੀ ਦਾ ਮਤਲਬ ਵੀ ਹੋਰ ਕੱਚੀ ਵੀ ਹੈ, ਗੁਰਸਿੱਖ ਕੱਚੀ ਨਾਲ ਨਹੀਂ ਜੁੜਦੇ। ਨਾਨਕ ਕੱਚਣਿਆ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆ। ਸਤਿਗੁਰੂ ਸੱਜਣ ਦਾ ਪੱਲਾ ਫੜੋ ਪਿਆਰਿਓ, ਢੂੰਡ ਸੱਜਣ ਸੰਤ ਪੱਕਿਆ। ਸੰਤ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਕਈ ਜਗ੍ਹਾ ਆਇਆ, ਗੁਰੂ ਸਾਹਿਬ ਵਾਸਤੇ ਵੀ ਆਇਆ ਅਤੇ ਕਈ ਜਗ੍ਹਾ ਐਸੇ ਗੁਰਮੁਖ ਜਨ ਜਿਹੜੇ ਭੇਦ ਵਸਤਾ ਵਾਲੇ ਉਹਨਾਂ ਵਾਸਤੇ ਵੀ ਆਇਆ ਹੈ। ਸਤਸੰਗ ਜੀ ਭਾਗ ਹੋਆ ਗੁਰ ਸੰਤ ਮਿਲਾਇਆ, ਗੁਰੂ ਸੰਤ ਢੂੰਡ ਸੱਜਣ ਸੰਤ ਪੱਕਿਆ। ਸਤਿਗੁਰੂ ਸੱਜਣ ਢੂੰਡ, ਸਤਿਗੁਰੂ ਸੱਜਣ ਦਾ ਪੱਲਾ ਫੜ, ਨਾਨਕ ਕੱਚੜਿਆ ਸਿਉ ਤੋ ਢੂੰਡ ਸੱਜਣ ਸੰਤ ਪੱਕਿਆ। ਉਹ ਜੀਵਨ ਦੇ ਵਿਛੜੇ ਉਹ ਮੋਇਆ ਨਾ ਜਾਈ ਸ਼ੋਰ। ਸਤਿਗੁਰੂ ਇੱਥੇ ਵੀ ਅੱਗੇ ਵੀ ਸਹਾਈਏ, ਬਾਕੀ ਕੱਚਿਆਂ ਨੇ ਸਾਥ ਨਹੀਂ ਦੇਣਾ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦਾ ਆ ਸਾਨੂੰ ਹੁਕਮ ਹੈ, ਕੱਚਿਆਂ ਨਾਲ ਤੋੜ ਕੇ ਸਤਿਗੁਰ ਨਾਲ ਜੋੜ ਪ੍ਰੀਤਾ। ਕੱਚਿਆਂ ਨਾਲ ਤੋੜ ਕੇ ਸਤਿਗੁਰ ਨਾਲ ਜੋੜ ਪ੍ਰੀਤਾ। ਕੱਚਿਆਂ ਨਾਲ ਤੋੜ ਕੇ ਸਤਿਗੁਰ ਨਾਲ ਜੋੜ ਪ੍ਰੀਤਾ। ਕੱਚਿਆਂ ਨਾਲ ਤੋੜ ਕੇ ਸਤਿਗੁਰ ਨਾਲ ਜੋੜ ਪ੍ਰੀਤਮ। 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 ਸਤਿਗੁਰ ਨਾਲ ਜੋੜ ਪ੍ਰੀਤਾ, 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 ਸਤਿਗੁਰ ਨਾਲ ਜੋੜ ਪ੍ਰੀਤਾ। ਕੱਚਿਆਂ ਨਾਲ ਤੋੜ ਕੇ ਸਤਿਗੁਰ ਨਾਲ ਜੋੜ ਪ੍ਰੀਤਾ, ਕੱਚਿਆਂ ਨਾਲ ਤੋੜ ਕੱਚਿਆਂ ਨਾਲ ਤੋੜ ਕੇ ਸਤਿਗੁਰ ਨਾਲ ਜੋੜ ਪ੍ਰੀਤਾ। ਕੱਚਿਆਂ ਨਾਲ ਤੋੜ ਕੇ ਸਤਿਗੁਰ ਨਾਲ ਜੋੜ ਪ੍ਰੀਤਾ। ਕੱਚਿਆਂ ਨਾਲ ਤੋੜ ਕੇ ਸਤਿਗੁਰ ਨਾਲ ਜੋੜ ਪ੍ਰੀਤਾ, ਕੱਚਿਆਂ ਨਾਲ ਤੋੜ ਕੇ ਸਤਿਗੁਰ ਨਾਲ ਜੋੜ ਪ੍ਰੀਤਾ। ਸਮਰੱਥ ਗੁਰੂ ਨਾਲ ਜੁੜੋ, ਇਹ ਦਰਗਾਹੀ ਬਾਣੀ ਹੈ। ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਟਾਈ ਮਟਾਈ। ਆਪ ਦੇਖੋ ਕਿ ਕੋਈ ਗੀਤ ਨਵਾਂ ਚੱਲੇ, ਕਵਿਤਾ ਚੱਲੇ, ਕੁਝ ਸਾਲਾਂ ਬਾਅਦ ਕਹਿੰਦੇ ਪੁਰਾਣਾ ਹੋ ਗਿਆ। ਪਰ ਯਾਦ ਰੱਖੋ
ਕਈ ਵਾਰ ਕਹਿਣਗੇ ਇਹ ਤਾਂ ਬੜੇ ਸੁਣਾਉਂਦੇ ਹੈ। ਕਦੀ ਕਿਸੇ ਨੇ ਇਹ ਕਿਹਾ ਕਿ ਆਹ ਜਿਹੜਾ ਸ਼ਬਦ ਹੈ ਇਹ ਰਾਗੀ ਸਿੰਘ ਬਹੁਤ ਪੜ੍ਹਦੇ ਹੈ ਜਾਂ ਬਹੁਤ ਜਪਿਆ ਜਾਂਦਾ ਅਤੇ ਇਹਦਾ ਰਸ ਘੱਟ ਗਿਆ? ਨਹੀਂ ਨਹੀਂ, ਸਾਰਾ ਸੰਸਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇੱਕ ਪੰਕਤੀ ਨੂੰ ਪੜ੍ਹਦਾ ਰਹੇ ਚਾਹੇ ਰਸ ਵੱਧਦਾ ਹੀ ਜਾਏਗਾ, ਕਿਉਂਕਿ ਦਰਗਾਹੀ ਬਾਣੀ ਹੈ ਸਤਸੰਗ ਜੀ, ਦਰਗਾਹੀ ਬਾਣੀ, ਰਸ ਵੱਧਦਾ ਹੀ ਜਾਏਗਾ। ਕਦੀ ਇਹ ਨਹੀਂ ਕਿ ਇਹਨੂੰ ਬਹੁਤ ਪੜ੍ਹਦੇ ਪਈ ਰਸ ਘੱਟ ਗਿਆ ਸ਼ਬਦ, ਨਹੀਂ ਬਿਲਕੁਲ ਨਹੀਂ, ਦਰਗਾਹੀ ਬਾਣੀ। ਔਰ ਸਾਡਾ ਫਰਜ਼ ਬਣਦਾ ਅਸੀਂ ਇਸ ਬਾਣੀ ਨੂੰ ਹਿਰਦੇ ਵਿੱਚ ਵਸਾਈਏ, ਸੁਣ ਕੇ ਮੰਨੀਏ, ਪਹਿਲਾਂ ਮਨ ਚਿੱਤ ਇਕਾਗਰ ਕਰਕੇ ਸੁਣਨਾ, ਫਿਰ 100% ਵਿਸ਼ਵਾਸ ਲਿਆਉਣਾ, ਫਿਰ ਨਿਧਿਆਸਨਾ ਪ੍ਰੈਕਟੀਕਲ ਜੀਵਨ, ਜੋ ਸਤਿਗੁਰੂ ਦੀ ਬਾਣੀ ਦਾ ਬਚਨ ਹੈ ਉਹਦੇ ਅਨੁਸਾਰ ਆਪਣੇ ਜੀਵਨ ਨੂੰ ਟਾਲੀਏ। ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚੋਂ ਇੱਕ ਪੰਕਤੀ ਲੈ ਲਓ, ਜੀਵਨ ਬਦਲ ਜਾਏਗਾ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈ ਹੈ। ਲੈ, ਸਾਰੇ ਕੰਮ ਮਾੜੇ ਹਟ ਜਾਣਗੇ ਭਾਈ ਸਾਰੇ। ਆ ਜ਼ਿੰਦਗੀ ਦਾ ਕੀ ਭਰੋਸਾ, ਹਮ ਆਦਮੀ ਹਾਂ ਇੱਕਦਮੀ ਮੋਹਤ ਮੋਹਤ ਨਾ ਜਾਣਾ। ਜੇ ਕੋਈ ਬਚਨ, ਕੋਈ ਪੰਕਤੀ, ਕੋਈ ਬਚਨ ਗੁਰੂ ਗ੍ਰੰਥ ਸਾਹਿਬ ਦਾ ਲੈ ਲਓ ਭਾਈ ਪਿਆਰਿਆ, ਇੱਕ ਬਚਨ ਹੀ ਸਾਡਾ ਬੇੜੇ ਪਾਰ ਕਰ ਦੇਗਾ। ਲੋੜ ਹੈ ਕਿ ਅਸੀਂ ਬਚਨਾਂ ਦੀ ਸਤਸੰਗ ਦੀ ਕਮਾਈ ਕਰੀਏ। ਦਰਗਾਹੀ ਬਾਣੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਐਸੇ ਸਤਿਗੁਰੂ ਹਨ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ ਸੰਗਤਾਂ ਸਦਾ ਮਨਾਉਣਗੀਆਂ। ਪਹਿਲੇ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ। ਪ੍ਰਕਾਸ਼ ਦਿਹਾੜੇ ਸੰਗਤਾਂ ਸਦਾ ਮਨਾਉਣਗੀਆਂ, ਸੰਪੂਰਨ ਦਿਵਸ ਸੰਗਤਾਂ ਸਦਾ ਮਨਾਉਣਗੀਆਂ। ਸ੍ਰੀ ਦਮਦਮਾ ਸਾਹਿਬ ਜਾਂ ਧੀਰ ਮੱਲਿਆਂ ਦੇ ਪਰਿਵਾਰ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਹੀਂ ਦਿੱਤੇ, ਦਸਵੇਂ ਪਾਤਸ਼ਾਹ ਮਹਾਰਾਜ ਨੇ ਸਾਰੀ ਗੁਰਬਾਣੀ ਆਪ ਲਿਖਾਈ, ਭਾਈ ਸਾਹਿਬ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ 'ਤੇ ਬਖਸ਼ਿਸ਼ ਕੀਤੀ ਹੈ। ਉੱਥੇ ਫਿਰ ਨੌਵੇਂ ਸਤਿਗੁਰ ਦੀ ਬਾਣੀ ਜਿਹੜੀ ਹੈ ਉਹ ਚੜ੍ਹਾਈ ਹੈ ਸੰਪੂਰਨ ਦਿਵਸ। ਅੱਗੇ ਹੈ ਗੁਰਗੱਦੀ ਦਿਵਸ, ਹਜ਼ੂਰ ਸਾਹਿਬ ਦੀ ਪਾਵਨ ਧਰਤੀ 'ਤੇ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਦੋਂ ਖਾਲਸੇ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਆਪ ਜੀ ਨੇ ਤਿਆਰੇ ਕਰ ਲਏ ਹੈ, ਅਸੀਂ ਆਪ ਜੀ ਤੋਂ ਰਹਿ ਨਹੀਂ ਸਕਦੇ, ਆਪ ਜੀ ਤੋਂ ਬਗੈਰ ਦਰਸ਼ਨ ਕਿੱਥੋਂ ਹੋਣਗੇ, ਬਚਨ ਕਿੱਥੋਂ ਸੁਣਾਂਗੇ। ਉਸ ਵੇਲੇ ਦਸਵੇਂ ਪਾਤਸ਼ਾਹ ਮਹਾਰਾਜ ਕਿਹਾ ਸੀ ਤੁਹਾਨੂੰ ਅਸੀਂ ਐਂ ਨਹੀਂ ਛੱਡ ਕੇ ਜਾਂਦੇ, ਅਮਰ ਗੁਰੂ ਟਲ ਗੁਰੂ ਦੇ ਲਾ ਕੇ ਜਾਵਾਂਗੇ। ਧੰਨ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਾਏ, ਪੰਜ ਸਿੰਘ ਤਾਬਿਆ ਖੜ੍ਹੇ ਕੀਤੇ, ਪੰਜ ਪੈਸੇ ਨਾਰੀਅਲ ਅੱਗੇ ਰੱਖਿਆ, ਪੰਜ ਪਰਿਕਰਮਾ ਕੀਤੀਆਂ। ਉਸ ਤੋਂ ਪਹਿਲਾਂ ਦਾ ਜ਼ਿਕਰ ਚਾਰ ਪਰਿਕਰਮਾ ਦਾ ਹੁੰਦਾ ਹੈ, ਉਸ ਸਿਰ ਦਾ ਜ਼ਿਕਰ ਪੰਜ ਪਰਿਕਰਮਾ ਦਾ ਹੁੰਦਾ। ਪੰਜ ਪਰਿਕਰਮਾ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ, ਗੁਰੂ ਜੋਤ ਗੁਰੂ ਗ੍ਰੰਥ ਸਾਹਿਬ ਅੰਦਰ ਟਿਕਾਈ ਅਤੇ ਇਹ ਹੁਕਮ ਕੀਤਾ ਗਿਆ ਭਈ ਅਕਾਲ ਕੀਤਾ ਬੈ ਚਲਾਇਓ ਬੰਦ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪ੍ਰਕਾਸ਼ ਦਿਹਾੜੇ ਸਦਾ ਮਨਾਉਣਗੀਆਂ ਸੰਗਤਾਂ, ਸੰਪੂਰਨ ਦਿਵਸ ਸੰਗਤਾਂ ਸਦਾ ਮਨਾਉਣਗੀਆਂ, ਗੁਰਗੱਦੀ ਦਿਵਸ ਸੰਗਤਾਂ ਸਦਾ ਮਨਾਉਣਗੀਆਂ, ਪਰ ਜੋਤੀ ਜੋਤ ਸਮਾਉਣ ਦਿਵਸ ਨਹੀਂ ਕਦੇ ਆਏਗਾ। ਜਿਵੇਂ ਆਮ ਆਪਾਂ ਕਹਿੰਦੇ ਬਰਸੀ ਨਹੀਂ ਕਦੇ ਆਏਗੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਿਵਸ ਨਹੀਂ ਆਏਗਾ, ਭਾਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਦਾ ਹੀ ਸੰਸਾਰ 'ਤੇ ਕਿਰਪਾ ਕਰਨਗੇ ਸਤਸੰਗ ਜੀ।
ਐਸੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਖਸ਼ਾਂ ਵਾਲੇ ਮੇਰੇ ਸਾਹਿਬ ਸਤਿ ਬਖਸ਼ਣ ਸਦਾ ਮਿਹਰਬਾਨਾ ਸਭਨਾਂ ਦੇ ਅਦਾਰੇ ਉਹਦਾ ਪਵਿੱਤਰ ਪ੍ਰਕਾਸ਼ ਦਿਹਾੜਾ ਇਸ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਗੁਰਦੁਆਰਾ ਸਾਹਿਬ ਸਮੂਹ ਪ੍ਰਬੰਧਕ ਜਨ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਤਿੰਨ ਦਿਨ ਦੇ ਸਮਾਗਮ ਰੱਖੇ। ਅੱਜ ਦੂਸਰੇ ਦਿਨ ਦੇ ਸਮਾਗਮ ਦੀ ਸੰਪੂਰਨਤਾ ਅਰਦਾਸ ਅਤੇ ਸਤਿਗੁਰ ਸੱਚੇ ਪਾਤਸ਼ਾਹ ਦੇ ਹੁਕਮਨਾਮੇ ਸਰਵ ਕਰਨ ਤੋਂ ਬਾਅਦ ਹੋਏਗੀ। ਦਾਸ ਦੀ ਤਾਂ ਦੋ ਦਿਨ ਦੀ ਹੀ ਕੀਰਤਨ ਦੀ ਸੇਵਾ ਸੀ। ਦਾਸ ਨੂੰ ਕੱਲ੍ਹ ਫਿਰ ਪਤਾ ਲੱਗਾ ਬਾਜੇ ਵੀ ਕੱਲ੍ਹ ਰਾਤ ਦਾ ਵੀ ਇੱਥੇ ਸਮਾਗਮ ਹੈ। ਅਰਦਾਸ ਤੋਂ ਬਾਅਦ ਸੈਕਟਰੀ ਸਾਹਿਬ ਹੋਰ ਗੁਰੂ ਪਿਆਰੇ ਸੰਗਤਾਂ ਨੂੰ ਕੱਲ੍ਹ ਦੇ ਪ੍ਰੋਗਰਾਮ ਬਾਰੇ ਦੱਸ ਦੇਣ। ਦਾਸ ਦੀ ਦੋ ਦਿਨ ਦੀ ਸੀ ਹਾਜ਼ਰੀ ਸੀ। ਕੱਲ੍ਹ ਨੂੰ ਦਿਨ ਦੇ ਵਿੱਚ ਐਤਵਾਰ ਗੁਰਦੁਆਰਾ ਸਾਹਿਬ ਜੋ ਹਰ ਐਤਵਾਰ ਦੀਵਾਨ ਹੁੰਦੇ ਹੈ ਅਤੇ ਕੱਲ੍ਹ ਨੂੰ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸਾਰੀਆਂ ਸੰਗਤਾਂ ਨੇ ਮਨਾਉਣਾ। ਉੱਥੇ ਜਿਹੜਾ ਸਮਾਂ ਹੈ 12 ਤੋਂ ਲੈ ਕੇ ਕਰੀਬ 3:30 ਵਜੇ ਤੱਕ ਦਾ ਦਿਨ ਦਾ ਹੁੰਦਾ। ਉਸ ਤੋਂ ਬਾਅਦ ਸੋਮਵਾਰ ਤੋਂ 29 ਤਰੀਕ ਤੋਂ 29, 30, 31 ਦੇ ਦੀਵਾਨ ਸ਼ਾਮ ਨੂੰ 7 ਵਜੇ ਤੋਂ ਲੈ ਕੇ 10 ਵਜੇ ਤੱਕ ਖਰੜ ਮੰਡੀ ਵਿਖੇ ਹਨ। ਇਲਾਕੇ ਦੀ ਸੰਗਤਾਂ ਨੇ ਲਾਭ ਪ੍ਰਾਪਤ ਕਰਨਾ ਹੈ। 1, 2, 3, 4 ਇਹ ਜਿਹੜੇ 1, 2 ਅਤੇ 3 ਦਿਨ ਦੇ ਦੀਵਾਨ ਹਨ ਉਹ ਰੋਪੜ ਮੰਡੀ ਵਿਖੇ ਹਨ ਰਾਤ ਦੇ, ਅਤੇ ਉੱਥੇ ਵੀ ਸਮਾਂ 7 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਹੈ ਸਤਸੰਗ ਜੀ। 11 ਸਤੰਬਰ ਨੂੰ ਸਲਾਨਾ ਸਮਾਗਮ ਦੀ ਪਹਿਲੀ ਮੀਟਿੰਗ ਹੋਏਗੀ। 11 ਤੋਂ ਲੈ ਕੇ ਅਤੇ 2 ਵਜੇ ਤੱਕ ਦੀਵਾਨ ਅਤੇ 2 ਤੋਂ ਲੈ ਕੇ 3:15 ਵਜੇ ਤੱਕ ਮੀਟਿੰਗ ਹੋਏਗੀ। ਆਪਣੇ ਆਪਣੀ ਡਿਊਟੀਆਂ ਜਿਹੜੀਆਂ ਸਲਾਨਾ ਸਾਰੇ ਸੰਭਾਲਦੇ ਉਹਦੇ ਬਾਰੇ ਬੇਨਤੀ ਹੋਏਗੀ। ਸਲਾਨਾ ਸਮਾਗਮ 30, 31 ਅਕਤੂਬਰ ਅਤੇ 1, 2 ਨਵੰਬਰ ਨੂੰ ਹੈ। ਇਹ ਸਾਰੀ ਸੰਗਤ ਨੂੰ ਬੇਨਤੀ ਹੈ ਸਲਾਨਾ ਸਮਾਗਮ 30, 31 ਅਕਤੂਬਰ, 1, 2 ਨਵੰਬਰ। 30 ਅਕਤੂਬਰ ਨੂੰ ਮਹਾਨ ਗੁਰੂ ਘਰ ਦੇ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ। ਉਹਨਾਂ ਦੀ ਸ਼ਹਾਦਤ ਨਮਸਕਾਰ ਕੀਤੀ ਜਾਂਦੀ ਹੈ, ਉਹਨਾਂ ਦੀਆਂ ਕੁਰਬਾਨੀਆਂ ਨਮਸਕਾਰ ਕੀਤੀ ਜਾਂਦੀ। 31 ਅਕਤੂਬਰ ਨੂੰ ਮਹਾਂਪੁਰਸ਼ਾਂ ਦੀ ਯਾਦ ਮਨਾਈ ਜਾਂਦੀ ਹੈ ਔਰ ਹੋਰ ਵੀ ਗੁਰੂ ਘਰ ਦੇ ਜਿਹੜੇ ਮਹਾਂਪੁਰਸ਼ ਕਰਨੀ ਕਮਾਈ ਵਾਲੇ ਹਨ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। 1 ਤਰੀਕ ਨੂੰ ਗੁਰੂ ਘਰ ਵਿੱਚ ਮਾਤਾਵਾਂ ਦੀਆਂ ਸੇਵਾ ਅਤੇ ਕੁਰਬਾਨੀਆਂ ਕਿੰਨੀਆਂ ਹਨ ਬੀਬੀਆਂ ਦੀਆਂ, ਉਹ ਯਾਦ ਕੀਤਾ ਜਾਂਦਾ ਹੈ। ਔਰ ਉਸ 1 ਤਰੀਕ ਨੂੰ ਹੀ ਸਤਿਕਾਰਯੋਗ ਮਹਾਂਪੁਰਸ਼ਾਂ ਦੇ ਜੀਵਨ ਸਾਥੀ ਸਤਿਕਾਰਯੋਗ ਵੀ ਜੀ ਉਹਨਾਂ ਦੀ ਯਾਦ ਮਨਾਈ ਜਾਂਦੀ। ਹਰ ਸਾਲ ਕਰੀਬ 2 ਨਵੰਬਰ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੁਰਗੱਦੀ ਦਿਵਸ ਮਨਾਏ ਜਾਂਦੇ ਹੈ। ਅੰਮ੍ਰਿਤ ਸੰਚਾਰ ਵੀ ਹੁੰਦੇ ਨੇ ਕਿ ਰਤਵਾੜਾ ਸਾਡੇ ਮਹਾਂਪੁਰਸ਼ਾਂ ਨੇ ਸਾਰਾ ਜੀਵਨ ਇਸ 'ਤੇ ਲਾਇਆ ਕਿ ਖੰਡੇ ਬਾਡਾ ਅੰਮ੍ਰਿਤ ਛਕਾ ਕੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਹੈ। ਇਸ ਕਰਕੇ ਆਖਰੀ ਦਿਨ ਜਿਹੜਾ ਹੈ 2 ਨਵੰਬਰ ਦਾ ਉਹ ਸਤਸੰਗ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰਗੱਦੀ ਦਿਵਸ ਜਿਹੜਾ ਹੈ ਉਹ ਸਤਸੰਗ ਜੀ ਮਨਾਇਆ ਜਾਂਦਾ ਹੈ। ਆਓ ਹੁਣ ਜੋ ਦਾਸ ਨੇ ਪਹਿਲਾਂ ਬੇਨਤੀ ਸ਼ੁਰੂ ਕੀਤੀ ਸੀ ਧਾਰਨਾ ਉਹ ਸਾਰੇ ਪੜ੍ਹੀਏ, ਉਹ ਤੋਂ ਬਾਅਦ ਫਿਰ ਸੰਪੂਰਨਤਾ ਹੋਏਗੀ। ਸਾਡਾ ਵਿਸ਼ਵਾਸ ਸਤਿਗੁਰ ਦੀ ਬਾਣੀ 'ਤੇ ਹੋਣਾ ਚਾਹੀਦਾ ਹੈ। ਵਾਹਿਗੁਰੂ ਗੁਰੂ ਅਤੇ ਬਾਣੀ ਇੱਕ ਰੂਪ ਹਨ। ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ। ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ।
ਬਾਣੀ ਗੁਰੂ ਤੇ ਗੁਰੂ ਹੈ ਬਾਣੀ, ਮੰਨਣ ਵਾਲੇ ਪਾਰ ਹੋਣਗੇ ਬਾਣੀ, ਗੁਰੂ ਤੇ ਗੁਰੂ ਹੈ ਬਾਣੀ, ਮੰਨਣ ਵਾਲੇ ਪਾਰ ਹੋਣਗੇ ਗੁਰੂ ਤੇ ਗੁਰੂ ਹੈ ਬਾਣੀ, ਮੰਨਣ ਵਾਲੇ ਪਾਰ ਹੋਣਗੇ ਬਾਣੀ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਹੈ। ਦਾਸ ਕੋਲੋਂ ਗੁਰਬਾਣੀ ਪੜ੍ਹਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਇੱਕ ਨੇ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ, ਜਾਣ ਸਮਝ ਕੇ ਆਪ ਜੀਆਂ ਨੇ ਖਿਮਾ ਕਰਨਾ। ਆਓ ਸਾਰੇ ਮਾਈ ਭਾਈ ਆਨੰਦ ਸਾਹਿਬ ਵਿੱਚ ਗੁਰਸੋਤ ਵਿੱਚ ਬੋਲੋ, ਉਸ ਤੋਂ ਬਾਅਦ ਸਭ ਦੇ ਅਰਦਾਸ ਵਿੱਚ ਜੁੜਨਾ, ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਪਿਆਰ ਨਾਲ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਗਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ, ਸਤਿਗੁਰੂ ਮਾਇਆ ਸਹਿ ਮਨ ਵਜੀਆ ਬਾਦਾਇਆ, ਸ਼ਬਦ ਤੰਗਾਵੋ ਹਰੀ ਤੇਰਾ ਮੰਜਨੀ ਵਸਾਇਆ, ਨਾਲ ਕਨੰਦ ਹੁਆ ਸਤਿਗੁਰੂ ਮੈਂ ਆਇਆ, ਸਦਾ ਹਰ ਨਾਲ ਰਹੂ ਤੂੰ ਮਨ ਮੇਰੇ ਦੁੱਖ ਸਵੇ ਸਾਰਣਾ, ਅੰਗੀਕਾਰੋ ਕਰੇ ਤੇਰਾ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਾ ਨਹੀਂ ਕਾ ਤੇਰਾ, ਆਹ ਤੇਰਾ ਸਤਿਗੁਰ ਹੈ ਜਿਸ ਦੇ ਵੇ ਸੋ ਪਾਵੇ, ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾਵੇ, ਆਪ ਜਿਨ ਕੈ ਮਨ ਵਸਿਆ ਬਾਚੇ ਜਗਤ ਮੇਰੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ ਜਨ, ਭੁੱਖਾਂ ਸਭ ਗਵਾਈਆਂ ਘਰ ਸੁਖ ਮਰਿਆ ਵਸਿਆ, ਸਭ ਪੁਜਾਇਆ ਗੁਰਬਾਣੀ ਕਾ ਗੁਰ ਮਿਟਵਾ ਦਿੱਤੀਆਂ ਵੜਿਆਈਆਂ, ਕਹਿ ਨਾਨਕ ਸੁਣੋ ਸੰਤੋ
ਕਰੋ ਸ਼ਬਦ ਕਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਪਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੇ ਲਾਗੇ ਨਾਨਕ ਦੇ ਦੁਖ ਹੋਆ ਚਿਤ ਕਰਨ ਹਦ ਵਾਜੇ ਪਰਮ ਪ੍ਰਭ ਪਾਇਆ ਉਤਰੇ ਸਗਲ ਸੂਰੇ ਰੋਗ ਸੰਤਾ ਉਤਰੇ ਸੁਣੀ ਸੱਚੀ ਬਾਣੀ ਸਾਜਨ ਪਏ ਸੰਤੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਤੇ ਪਵਿੱਤ ਸਰਬ ਰਿਹਾ ਪਰ ਵੰਤ ਨਾਨਕ ਚਰਨ ਲਾਗੇ ਵਾਜੇ ਅਨਹਦ ਪੂਰੇ ਸਲੋ ਆਪਣੇ ਗੁਰੂ ਪਾਣੀ ਪਿਤਾ ਦਾਈ ਦਾਇਆ ਖੇਲਾ ਸਗਲ ਜਗਤ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਚੁੱਟੀ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਨਾਨਕ ਸਾਹਿਬ ਜੀ ਧੰਨ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ ਧੰਨ ਹੈ ਧੰਨ ਹੈ ਧੰਨ ਗੁਰੂ ਰਾਮਦਾਸ ਸਾਹਿਬ ਧੰਨ ਹੈ ਅਰਜਨ ਦੇਵ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ ਧੰਨ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ
ਗੁਰੂ ਹਰਿ ਰਾਇ ਸਾਹਿਬ ਜੀ ਧੰਨ ਹੈ, ਗੁਰੂ ਹਰਿ ਰਾਇ ਸਾਹਿਬ ਜੀ ਧੰਨ ਹੈ। ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ, ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ, ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ, ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ, ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ, ਧੰਨ ਹੈ ਧੰਨ ਹੈ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ, ਧੰਨ ਹੈ ਧੰਨ ਹੈ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ, ਧੰਨ ਹੈ ਧੰਨ ਹੈ ਧੰਨ ਹੈ ਤੇਰੀ ਸਾਧ ਸੰਗਤ ਜੀ ਧੰਨ ਹੈ, ਧੰਨ ਹੈ ਤੇਰੀ ਸਾਧ ਸੰਗਤ ਜੀ ਧੰਨ ਹੈ, ਸਤਨਾਮ ਸ੍ਰੀ ਵਾਹਿਗੁਰੂ ਬੋਲ, ਵਾਹਿਗੁਰੂ 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 ਬੋਲ, ਸਤਨਾਮ ਸ੍ਰੀ ਵਾਹਿਗੁਰੂ 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 ਬੋਲ ਪਿਆਰਿਆਂ ਤੇਰਾ ਮਿੱਠੜਾ ਲੱਗੇਗਾ, ਬੋਲ ਪਿਆਰਿਆਂ ਵਾਹਿਗੁਰੂ ਬੋਲ ਪਿਆਰਿਆਂ ਤੇਰਾ ਮਿੱਠੜਾ ਲੱਗੇਗਾ, ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆਂ ਤੇਰਾ ਮਿੱਠੜਾ ਲੱਗੇਗਾ, ਬੋਲ ਪਿਆਰਿਆਂ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆਂ ਤੇਰਾ ਪਿਆਰਾ ਲੱਗੇਗਾ, ਬੋਲ ਪਿਆਰਿਆਂ ਵਾਹਿਗੁਰੂ ਬੋਲ ਪਿਆਰਿਆਂ ਤੇਰਾ ਪਿਆਰਾ ਲੱਗੇਗਾ, ਬੋਲ ਪਿਆਰਿਆਂ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆਂ ਤੇਰਾ ਪਿਆਰਾ ਲੱਗੇਗਾ, ਬੋਲ ਪਿਆਰਿਆਂ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆਂ ਤੇਰਾ ਕਿਛ ਨਾ ਲੱਗੇਗਾ, ਬੋਲ ਪਿਆਰਿਆਂ ਬੋਲ ਪਿਆਰਿਆਂ ਤੇਰਾ ਕਿਛ ਨਾ ਲੱਗੇਗਾ, ਬੋਲ ਪਿਆਰਿਆਂਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆਂ ਤੇਰਾ ਕਿਛ ਨਾ ਲੱਗੇਗਾ, ਬੋਲ ਪਿਆਰਿਆਂ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਸਭ ਤੁਮ ਮਾਤ ਪਿਤਾ ਹਮ ਕਿਰਪਾ ਮੈਂ ਜੀ ਕੋਈ ਨ ਜਾਣੈ ਸਗਲ ਸਮਗਰੀ ਤੁਮਰ ਤੁਮ ਤੇ ਹੋਏ ਤੁਮਰੀ ਗਤ ਮਿਤ ਨਾਨਕ ਦਾਸ ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਈ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆ ਵੈ ਧਾਏ ਸਭ ਥਾਈਂ ਹੋਈ ਸਹਾਈ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਈ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸ਼ੀਸ਼ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ 'ਤੇ ਚੜ੍ਹੇ ਤਨ ਆਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਪ੍ਰਿਥਵੇਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੈ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ
ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਠ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਨਿਮਰਤਾ ਸਹਿਤ ਅਰਦਾਸ ਬੇਨਤੀ ਸਤਿਗੁਰੂ ਆਪ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਈ ਦੇ ਪਵਿੱਤਰ ਵਚਨ ਅਨੁਸਾਰ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮਨਾਉਂਦਿਆਂ ਹੋਇਆਂ ਆਪ ਜੀ ਦਾ ਓਟ ਅਤੇ ਆਸਰਾ ਲੈ ਕੇ ਆਪ ਜੀ ਦੀ ਕਿਰਪਾ ਦਾ ਸਦਕਾ ਤਿੰਨ ਰੋਜ਼ਾਂ ਸਮਾਗਮ ਉਲੀਕਿਆ ਗਿਆ ਸੀ ਸਤਿਗੁਰੂ ਆਪ ਜੀ ਦੀ ਅਪਾਰ ਕਿਰਪਾ ਹੋਈ ਹੈ ਅਸ ਦੂਸਰੀ ਰੋਜ਼ ਆਪ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਦੀਵਾਨ ਸਜੇ ਹਨ ਸਜੇ ਹੋਏ ਦੀਵਾਨ ਵਿੱਚ ਰੱਬੀ ਬਾਣੀ ਦੇ ਪਾਠ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਦੇ ਗਾਇਨ ਹੋਏ ਹਨ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਅੱਗੋਂ ਤੋਂ ਸਮਾਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਸਮੂਹ ਸੰਗਤਾਂ ਦੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਕਦਮ ਲੇਖੇ ਲਾਉਣੇ ਦਰੋਂ ਘਰੋਂ ਨਾਮ ਦਾਨ ਇਸ਼ਨਾਨ ਚਰਨਾਂ ਦੀ ਪ੍ਰੀਤੀ ਅੰਮ੍ਰਿਤ ਵੇਲੇ ਦਾ ਜਾਗਣਾ ਅੰਮ੍ਰਿਤ ਦੀਆਂ ਦਾਤਾਂ ਗੁਰਮਤ ਦੀ ਸੋਝੀ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਬਾਣੀ ਅਤੇ ਬਾਣੀ ਦੇ ਧਾਰਨੀ ਬਣਾਉਣਾ ਸਤਿਗੁਰੂ ਬਾਣੀ ਅਨੁਸਾਰ ਸੁਚੱਜਾ ਜੀਵਨ ਜਿਉਣ ਦੀ ਬਖਸ਼ਿਸ਼ ਕਰਨੀ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ ਹਰ ਭਾਵ ਰੱਖਿਆ ਅਤੇ ਸਹਾਇਤਾ ਕਰਨੀ ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ਼ ਕਰਨਾ ਸੁੱਖਾਂ ਦਾ ਪ੍ਰਕਾਸ਼ ਕਰਨਾ ਸਤਿਗੁਰੂ ਅੱਜ ਦੇ ਲੰਗਰ ਦੀ ਸੇਵਾ ਮਾਤਾ ਸੁਰਜੀਤ ਕੌਰ ਜੀ ਪਰਿਵਾਰ ਵੱਲੋਂ ਕੀਤੀ ਗਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਜਿਸ ਭਾਵਨਾ ਨੂੰ ਮੁੱਖ ਰੱਖ ਕੇ ਸੇਵਕ ਪਰਿਵਾਰ ਨੇ ਸੇਵਾ ਕੀਤੀ ਹੈ ਸੇਵਕ ਪਰਿਵਾਰ ਦੀਆਂ ਗੁਰਮਤ ਅਨੁਸਾਰ ਸ਼ੁਭ ਮਨੋਕਾਮਨਾਵਾਂ ਸੰਪੂਰਨ ਕਰਨੀਆਂ ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ਼ ਕਰਨਾ ਸੁੱਖਾਂ ਦਾ ਪ੍ਰਕਾਸ਼ ਕਰਨਾ ਸਤਿਗੁਰੂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੈ ਦਰ ਪ੍ਰਵਾਨ ਹੋਵੇ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਤਾਰਥ ਕਰੋ ਸੇ ਗੁਰਮੁਖ ਪਿਆਰੇ ਮੇਲ
ਜਿਨ੍ਹਾਂ ਵੇਲੇ ਆਪ ਜੀ ਦਾ ਪਵਿੱਤਰ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੇ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚੈ ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਮਲਾਂਗੇ ਬੋਲੇ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਾਣੀ ਆਇਆ ਲਾਹ ਲੈਣ, ਲੱਗਾ ਕਿਤੁਕ ਫਕੜੇ ਸਭ ਮੁੱਕਦੀ ਚੱਲੀ ਰਹਿਣ। ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਤਿਲੰਗ ਮਹੱਲਾ ਪਹਿਲਾ ਘਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ।
ਹੋ ਕੁਰਬਾਨੇ ਜਾਓ ਮਿਹਰਬਾਨਾ, ਹੋ ਕੁਰਬਾਨੇ ਜਾਓ, ਹੋ ਕੁਰਬਾਨੇ ਜਾਓ ਤਿਨਾ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕਹਿ ਹੋ ਸਦ ਕੁਰਬਾਨੇ ਜਾਉ ਰਹਾਉ, ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਜੀਠ, ਰੰਗਣ ਵਾਲਾ ਜੇ ਰੰਗੇ ਪਿਆਰੇ ਸਾਹਿਬ ਐਸਾ ਰੰਗ ਨਾ ਡੀਠ, ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਜੀਠ, ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ, ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ, ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ, ਨਾਨਕ ਕਾਮਣ ਕੰਤੈ ਭਾਵੈ ਆਪੇ ਹੀਰਾ ਵੇ, ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ, ਨਾਨਕ ਕਾਮਣ ਕੰਤੈ ਭਾਵੈ ਆਪੇ ਹੀਰਾ ਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੰਗਲ ਪਰਬਤ ਪਾਰ ਪਰੇ